بولے سونے حال ساس بھی اکال جی کا خالصہ واحگرو جی کی فتح. میں آپ جی کا داس گردیپ سنگھ ایک بار پھر آپ جی کے اپنے منچ آپ جی کے اپنے چینل اکال چینل کے مادھیم کے نال ہی آپ جی مخاطب ہاں آپ جی خیر مدب. اور اج دے اس پروگرام دے وچ جویں کہ آپ جانتے ہو کہ مدے پروگرام دے وچ آپا کسی اس خاص وشے نو خاص مدے نو شامل کردے ہاں جس دا سنبندھ سکھاں دے نال پنجاب دے نال یا پنجابیت دے نال وابستہ ہوندا ہے. اور اس مدے پروگرام دے وچ ساڈے نال اس ڈسکشن پروگرام دے وچ او مہمان شامل ہوندے نے جنہاں نو اس بارے گیان ہوندا ہے جس مدے تے آپا وچار کرن جا رہے ہوندے ہاں. ਅੱਜ ਦਾ ਸਾਡਾ ਮੁੱਦਾ ਖਾਸ ਔਰ ਅਹਿਮ ਰਹੇਗਾ. ਖਾਸ ਔਰ ਅਹਿਮ ਇਸ ਕਰਕੇ ਕਿਉਂਕਿ ਅੱਜ ਦੇ ਮੁੱਦੇ ਦੇ ਵਿੱਚ ਸਾਰਾ ਹੀ ਸਿੱਖ ਜਗਤ ਇਸ ਕਰਕੇ ਇਨਵੋਲਵ ਹੈ ਕਿਉਂਕਿ ਪਿੱਛੇ ਜੇ UK ਦੇ ਵਿੱਚ ਔਰ ਬਲਕਿ ਜੇ ਕਹਿ ਲਈਏ ਤਾਂ ਆਪਾਂ ਸੰਸਾਰ ਦੇ ਵਿੱਚ ਇੱਕ ਵੋਟ ਸਿੱਖ ਪਾਰਲੀਮੈਂਟ ਦਾ ਐਲਾਨ ਕੀਤਾ ਗਿਆ. ਉਸ ਬਾਰੇ ਬਕਾਇਦਾ ਪ੍ਰੈਸ ਨੋਟ ਜਾਰੀ ਕੀਤੇ ਗਏ ਔਰ ਉਸ ਦੇ ਲਈ ਕਿਹਾ ਗਿਆ ਕਿ 13 ਅਗਸਤ ਤੋਂ, ਕਿਉਂਕਿ 14 ਅਗਸਤ ਨੂੰ ਪਾਕਿਸਤਾਨ ਆਪਣੀ ਯੋਮੇ ਆਜ਼ਾਦੀ ਮਨਾਉਂਦਾ ਹੈ ਔਰ 15 ਅਗਸਤ ਨੂੰ ਹਿੰਦੁਸਤਾਨ ਆਪਣੀ ਆਜ਼ਾਦੀ ਮਨਾਉਂਦਾ ਹੈ ਔਰ ਸਿੱਖਾਂ ਨੇ 13 ਅਗਸਤ ਤੋਂ ਆਪਣੀ ਇਸ ਸਿੱਖ ਵੋਟ ਪਾਰਲੀਮੈਂਟ ਦੀ ਜਿਹੜੀ ਕੋਆਰਡੀਨੇਸ਼ਨ ਕਮੇਟੀ ਹੈ ਉਸਨੇ ਆਪਣਾ ਕੰਮ ਕਾਰਜ ਸ਼ੁਰੂ ਕਰ ਦਿੱਤਾ ਹੋਇਆ ਹੈ. ਤੋ ਜ਼ਾਹਿਰ ਤੌਰ ਪਰ ਮੈਂ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਵਿਊਰਸ ਨੂੰ, ਦਰਸ਼ਕਾਂ ਨੂੰ ਇਹ ਦੱਸਦਾ ਚੱਲਾਂ ਕਿ ਅਸੀਂ ਸਤਿਕਾਰਯੋਗ ਉਹਨਾਂ ਸਾਰਿਆਂ ਹੀ ਗੁਰਸਿੱਖਾਂ ਨੂੰ ਜਿਨ੍ਹਾਂ ਦੇ ਵਿੱਚ ਸਤਿਕਾਰਯੋਗ ਭਾਈ ਜੋਗਾ ਸਿੰਘ ਸਾਹਿਬ ਜੀ ਜਿਹੜੇ ਹੁਣ ਤੋਂ ਕੁਛ ਦੇਰ ਬਾਅਦ ਸਾਡੇ ਨਾਲ ਫੋਨ ਲਾਈਨ ਸ਼ਾਮਿਲ ਹੋਣਗੇ, ਉਹਨਾਂ ਤੋਂ ਇਲਾਵਾ ਭਾਈ ਅਮਰੀਕ ਸਿੰਘ ਗਿੱਲ ਜੀ, ਭਾਈ ਰਵਿੰਦਰਜੀਤ ਸਿੰਘ ਸਾਹਿਬ ਜੀ, ਆਪਾਂ ਸਾਰਿਆਂ ਨੂੰ ਸੱਦਾ ਦਿੱਤਾ ਸੀ ਪਰ ਉਹਨਾਂ ਨੇ ਕਿਹਾ ਕਿ ਅਸੀਂ ਤਕਰੀਬਨ 3 ਜਾਂ 4 ਹਫ਼ਤਿਆਂ ਬਾਅਦ ਪੂਰੀ ਤਰ੍ਹਾਂ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵਾਂਗੇ ਕਿਉਂਕਿ ਇਸ ਵਕਤ, ਕਿਉਂਕਿ ਅਜੇ ਇਹ ਪਾਰਲੀਮੈਂਟ ਬਹੁਤ ਹੀ ਇਨੀਸ਼ੀਅਲ ਸਟੇਜ ਦੇ ਉੱਤੇ ਹੈ, ਬਹੁਤ ਹੀ ਤਾਜ਼ਾ ਸਟੇਜ ਦੇ ਉੱਤੇ ਹੈ, ਨਵੀਂ ਸਟੇਜ ਦੇ ਉੱਤੇ ਹੈ, ਇਸ ਕਰਕੇ ਕੁਝ ਵਿਚਾਰ ਅਜੇ ਬਾਕੀ ਨੇ. ਪਰ ਅਕਾਲ ਚੈਨਲ ਜਾਂ ਮੈਂ ਆਪ ਜੀ ਦਾ ਦਾਸ, ਆਪ ਜੀ ਦਾ ਹੋਸਟ ਗੁਰਦੀਪ ਸਿੰਘ, ਇੱਕ ਨਿਰਪੱਖ ਭਾਵਨਾ ਦੇ ਨਾਲ ਬਗੈਰ ਕਿਸੇ ਦਾ ਪੱਖ ਪੂਰੇ ਹੋਏ ਆਪਾਂ ਇਸ ਗੱਲ ਨੂੰ ਦੇਖਾਂਗੇ ਕਿ ਅੱਜ ਦੀ ਇਸ ਮੁੱਦੇ ਉੱਤੇ ਜਿਹੜੀ ਪਾਰਲੀਮੈਂਟ ਦਾ ਵਿਸ਼ਾ ਹੈ, ਸਿੱਖ ਵਰਡ ਸਿੱਖ ਪਾਰਲੀਮੈਂਟ, ਇਹਦੇ ਵਿੱਚ ਕਿਉਂਕਿ ਆਉਣ ਵਾਲੇ ਕੱਲ੍ਹ ਦੇ ਵਿੱਚ ਜ਼ਾਹਿਰ ਤੌਰ ਉੱਪਰ ਜਦੋਂ ਵੀ ਕੋਈ ਆਪਾਂ ਨਵੀਂ ਚੀਜ਼ ਕਰਦੇ ਹਾਂ ਉਹਦੇ ਵਿੱਚ ਕੁਝ ਨਾ ਕੁਝ ਘਾਟਾਂ ਰਹਿ ਜਾਣੀਆਂ, ਇਹ ਤਾਂ ਇੱਕ ਲਾਜ਼ਮੀ ਹੈ, ਲੇਕਿਨ ਉਹਨਾਂ ਘਾਟਾਂ ਨੂੰ ਆਪਾਂ ਦੂਰ ਕਿਵੇਂ ਕਰ ਸਕਦੇ ਹਾਂ. ਯਾਨੀ ਕਿ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਿਰਪੱਖ ਹੋ ਕੇ ਉਸ ਵੋਟ ਸਿੱਖ ਪਾਰਲੀਮੈਂਟ ਦੀ ਗੱਲ ਇਸ ਪੱਖੋਂ ਕਰਨੀ ਹੈ ਤਾਂ ਕਿ ਆਪਾਂ ਇਸ ਦੀ ਇੱਕ ਕਿਸਮ ਦੀ ਸਵੈ ਪੜਚੋਲ ਕਰ ਸਕੀਏ. ਡੀਮੈਰਿਟਸ ਵੀ ਵਿੱਚ ਹੋਣਗੇ, ਮੈਰਿਟਸ ਵੀ ਵਿੱਚ ਹੋਣਗੇ. ਇਹ ਮੈਂ ਇਸ ਕਰਕੇ ਦੱਸ ਰਿਹਾ ਕਿ ਕੋਈ ਇਸ ਗੱਲ ਦਾ ਨਾ ਸਮਝ ਬੈਠੇ ਕਿ ਅਸੀਂ ਕਿਸੇ ਵਿਰੋਧ ਭਾਵਨਾ ਦੇ ਨਾਲ, ਨਾ ਵਿਰੋਧ ਭਾਵਨਾ ਰਹੇਗੀ ਨਾ ਹੀ ਉਹ ਭਾਵਨਾ ਰਹੇਗੀ ਕਿ ਜਿਸ ਦੇ ਵਿੱਚ ਆਪਣਤ ਹੋਵੇ, ਬਲਕਿ ਆਪਾਂ ਇਹਨਾਂ ਦੋਨਾਂ ਭਾਵਨਾਵਾਂ ਤੋਂ ਉੱਤੇ ਉੱਠ ਕੇ ਅੱਜ ਦੇ ਇਸ ਮੁੱਦੇ ਪ੍ਰੋਗਰਾਮ ਦੇ ਵਿੱਚ ਵੋਟ ਸਿੱਖ ਯੂਨੀਵਰਸਿਟੀ, ਖਿਮਾ ਕਰਨੀ, ਪਾਰਲੀਮੈਂਟ ਦੀ ਗੱਲ ਕਰਾਂਗੇ. ਗੱਲ ਨੂੰ ਮੈਂ ਥੋੜ੍ਹਾ ਜਿਹਾ ਹੋਰ ਵਧਾਵਾਂ ਕਿਉਂਕਿ ਜ਼ਾਹਿਰ ਤੌਰ ਪਰ ਮੇਰੇ ਪਾਸ ਕਹਿਣ ਲਈ ਕਾਫੀ ਕੁਛ ਹੈ ਕਿਉਂਕਿ ਜੇ ਆਪਾਂ ਪਿਛਲੇ ਕੁਝ ਵਰ੍ਹਿਆਂ ਉੱਪਰ ਝਾਤੀ ਮਾਰੀਏ ਤਾਂ ਪਿਛਲੇ ਵਰ੍ਹੇ ਆਸਟ੍ਰੇਲੀਆ ਦੇ ਵਿੱਚ ਵੋਟ ਸਿੱਖ ਕਾਨਫਰੰਸ ਹੋਈ ਸੀ, ਕੁਝ ਵਿਦਵਾਨ ਸੱਦੇ ਸਨ, ਔਰ 2015 ਦੇ ਵਿੱਚ ਵੀ ਸਰਬਤ ਖਾਲਸਾ ਜਿਹੜਾ ਚੱਬੇ ਵਿੱਚ ਹੋਇਆ ਸੀ ਪੰਜਾਬ ਦੇ ਵਿੱਚ, ਉਸ ਦੇ ਵਿੱਚ ਵੀ ਵੋਟ ਸਿੱਖ ਯੂਨੀਵਰਸਿਟੀ ਦੀ ਗੱਲ ਚੱਲੀ ਸੀ. ਲੇਕਿਨ ਇਸ ਨੂੰ ਆਪਾਂ ਕੀ ਕਹਾਂਗੇ ਕਿਉਂਕਿ ਸਾਡੇ ਨਾਲ ਔਨਲਾਈਨ ਜੋਗਾ ਸਿੰਘ ਸਾਹਿਬ ਨੇ. ਜੋਗਾ ਸਿੰਘ ਸਾਹਿਬ ਜਿਸ ਵਕਤ ਸਾਡੇ ਨਾਲ ਵੋਟ ਸਿੱਖ ਪਾਰਲੀਮੈਂਟ ਦੀ ਗੱਲ ਕਰ ਰਹੇ ਹੋਣਗੇ ਤਾਂ ਆਪਾਂ ਜੋਗਾ ਸਿੰਘ ਸਾਹਿਬ ਪਾਸੋਂ ਇੱਕ ਪ੍ਰਸ਼ਨ ਇਹ ਜ਼ਰੂਰ ਪੁੱਛਾਂਗੇ ਕਿ ਚੱਬੇ ਦੇ ਵਿੱਚ ਜਦੋਂ ਸਰਬਤ ਖਾਲਸਾ ਵਕਤ ਇਸ ਦੀ ਗੱਲ ਹੋਈ ਸੀ, ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਹੀ ਲਗਭਗ ਇੱਕ ਕਿਸਮ ਦਾ, ਭਾਵੇਂ ਸਿੱਧੇ ਤਰੀਕੇ ਨਾਲ ਜਾਂ ਅਸਿੱਧੇ ਤਰੀਕੇ ਦੇ ਨਾਲ, ਇਸ ਵੋਟ ਸਿੱਖ ਜਿਹੜੀ ਪਾਰਲੀਮੈਂਟ ਇਸ ਨੂੰ ਉਹਨਾਂ ਨੇ ਇੱਕ ਕਿਸਮ ਦਾ ਰਿਜੈਕਟ ਹੀ ਕਰ ਦਿੱਤਾ. ਇਹ ਪ੍ਰਸ਼ਨ ਆਪਾਂ ਆਪਣੇ ਉਸ ਮਹਿਮਾਨ ਪਾਸੋਂ ਵੀ ਪੁੱਛਾਂਗੇ ਜਿਹੜੇ ਅੱਜ ਸਾਡੇ ਨਾਲ ਮੌਜੂਦ ਨੇ. ਪਹਿਲਾਂ ਆਪਾਂ ਆਪਣੇ ਆਏ ਹੋਏ ਉਸ ਵਿਦਵਾਨ ਮਹਿਮਾਨ ਦੇ ਨਾਲ ਮੈਂ ਆਪ ਜੀ ਦੀ ਜਾਣ ਪਹਿਚਾਣ ਕਰਾ ਦਿਆਂ. ਫਿਰ ਇਸ ਵਕਤ ਮੇਰੇ ਨਾਲ ਸਤਿਕਾਰਯੋਗ ਜੋਗਾ ਸਿੰਘ ਸਾਹਿਬ ਔਨਲਾਈਨ ਨੇ, ਜਿਹੜੇ ਕਿ ਸਿਰਫ ਅਤੇ ਸਿਰਫ ਅੱਜ ਸਾਨੂੰ ਵੋਟ ਸਿੱਖ ਪਾਰਲੀਮੈਂਟ ਦੀ ਹੀ ਗੱਲ ਕਰਨਗੇ, ਔਰ ਉਹਦੇ ਵਿੱਚੋਂ ਅਗਰ ਕੋਈ ਪ੍ਰਸ਼ਨ ਅਸੀਂ ਪੁੱਛਣਾ ਹੋਇਆ ਔਰ ਅਗਰ ਉਹ ਜਵਾਬ ਦੇਣਾ ਚਾਹਣਗੇ ਤਾਂ ਆਪਾਂ ਜ਼ਰੂਰ ਉਹਨਾਂ ਨੂੰ ਪ੍ਰਸ਼ਨ ਪੁੱਛਾਂਗੇ. ਮੇਰੇ ਨਾਲ ਸੱਜੇ ਪਾਸੇ ਬੈਠੇ ਨੇ ਸਾਡੇ ਸਤਿਕਾਰਯੋਗ ਵੀਰ ਸਰਦਾਰ ਅਮਰਜੀਤ ਸਿੰਘ ਜੀ ਖਾਲੜਾ ਸਾਹਿਬ, ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ, ਔਰ ਆਪ ਸਾਬਕਾ ਪ੍ਰਧਾਨ ਮੈਂਬਰ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਔਰ ਸਾਡੇ ਨਾਲ ਸਾਡੇ ਕਈ ਪ੍ਰੋਗਰਾਮਾਂ ਦੇ ਵਿੱਚ ਵਿਚਾਰ ਅਧੀਨ ਹੁੰਦੇ ਹੋ. ਤੋ ਅਮਰਜੀਤ ਸਿੰਘ ਖਾਲੜਾ ਸਾਹਿਬ ਜੀ ਨੂੰ ਮੈਂ ਫਤਿਹ ਬੁਲਾਵਾਂ. ਇਸ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਆਪਾਂ ਸਤਿਕਾਰਯੋਗ ਜੋਗਾ ਸਿੰਘ ਸਾਹਿਬ ਜੀ ਨੂੰ ਔਨਲਾਈਨ ਲਈਏ. ਸਰਦਾਰ ਜੋਗਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
ਸਰਦਾਰ ਜੋਗਾ ਸਿੰਘ ਸਾਹਿਬ ਜੀ, ਆਪ ਜੀ ਦਾ ਸਵਾਗਤ ਹੈ। ਔਰ ਅੱਜ ਅਸੀਂ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ, ਆਪਨੇ ਸੁਣ ਲਿਆ ਹੋਏਗਾ ਵੋਟ ਸਿੱਖ ਪਾਰਲੀਮੈਂਟ ਬਾਰੇ, ਜਿਸ ਤਰ੍ਹਾਂ ਕਿ ਆਪ ਜੀ ਨੇ ਬੜੇ ਇੱਕ ਮੁਬਾਰਕ ਕਦਮ ਚੁੱਕੇ ਨੇ। ਲੇਕਿਨ ਇਸ ਬਾਰੇ ਥੋੜ੍ਹਾ ਜਿਹਾ ਮੈਂ ਚਾਹਾਂਗਾ ਕਿ ਆਪ ਸਾਡੇ ਵਿਊਰਸ ਨੂੰ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ, ਖਾਸ ਕਰਕੇ ਉਸ ਵਕਤ ਜਿਸ ਵਕਤ ਸਰਬੱਤ ਖਾਲਸਾ ਚੱਬੇ ਨੇ ਇਸ ਗੱਲ ਦਾ ਇੱਕ ਕਿਸਮ ਦਾ ਇਸ਼ਾਰਾ ਕੀਤਾ ਸੀ ਵੋਟ ਸਿੱਖ ਪਾਰਲੀਮੈਂਟ ਦਾ, ਲੇਕਿਨ ਹੁਣ ਸਿਮਰਜੀਤ ਸਿੰਘ ਮਾਨ ਹੀ ਇਸ ਗੱਲ ਤੋਂ ਇਨਕਾਰੀ ਹੋ ਰਹੇ ਨੇ। ਯਾਨੀ ਕਿ ਆਉਣ ਵਾਲੇ ਵਕਤ ਦੇ ਵਿੱਚ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਿਵੇਂ ਸਾਡੀਆਂ ਪਹਿਲੀਆਂ ਜਿਹੜੀਆਂ ਵੀ ਕਾਨਫਰੰਸਿਸ ਹੁੰਦੀਆਂ ਨੇ, ਪਾਰਲੀਮੈਂਟ ਜਥੇਬੰਦੀਆਂ ਜੋ ਵੀ ਹੁੰਦੀਆਂ ਨੇ, ਉਹਨਾਂ ਦੇ ਵਿੱਚ ਸ਼ੁਰੂਆਤ ਬਾਅਦ ਦੇ ਵਿੱਚ ਹੁੰਦੀ ਹੈ, ਦੋਫਾੜ ਵਾਲੀ ਗੱਲ ਪਹਿਲਾਂ ਸ਼ੁਰੂ ਹੋ ਜਾਂਦੀ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਜ਼ਰੂਰ ਜਾਣਨ ਪਾਇਓ। ਹਾਂਜੀ, ਸਾਰੇ ਜਿਹੜੇ ਵਿਊਰਸ ਹੈਗੇ ਸਾਰਿਆਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਗੁਰਦੀਪ ਸਿੰਘ ਜੀ ਜੀ, ਇਹ ਭਾਈ ਜਗਤਾਰ ਸਿੰਘ ਅਖਬਾਰਾ ਜੀ ਪਿਛਲੇ ਕੁਝ ਸਾਲਾਂ ਤੋਂ ਇਸ ਗੱਲ ਤੇ ਜ਼ੋਰ ਦੇ ਰਹੇ ਸੀ ਜੀ ਵੀ ਜਿੰਨੇ ਸੰਸਾਰ ਭਰ ਦੇ ਸਰਗਰਮ ਸਿੱਖ ਹਨ ਜਿਹਦੇ ਵਿੱਚ ਕਾਫੀ ਵਲਖਾ ਚੋਂ ਨੁਮਾਇੰਦੇ ਆਏ। ਅਸੀਂ ਉੱਥੇ ਵੀ ਇਹ ਮਤਾ ਪਾਸ ਕੀਤਾ ਜੀ ਤੇ ਵਰਲਡ ਸਿੱਖ ਬੈਂਕ ਦਾ ਵੀ ਮਤਾ ਪਾਸ ਕੀਤਾ ਜੀ, ਤਾਂ ਉਹ ਅਸੀਂ ਮਤੇ ਲੈ ਕੇ ਸਰਬੱਤ ਖਾਲਸਾ ਨੂੰ ਭੇਜੇ ਜੀ। ਤੇ ਹੁਣ ਜਿਹੜੀ 15 ਮੈਂਬਰੀ ਕਮੇਟੀ ਨਾਮ ਕੀਤੀ ਗਈ ਆ, ਸਿਰਫ ਕੋਆਰਡੀਨੇਸ਼ਨ ਕਮੇਟੀ ਆ, ਜਿਹਨਾਂ ਨੇ ਜਿੱਦਾਂ ਜਿਹੜੇ ਚਾਰ ਜਣੇ ਇੰਗਲੈਂਡ ਤੋਂ ਐਗਜ਼ਾਮਪਲ ਵਜੋਂ ਅਸੀਂ ਇੰਗਲੈਂਡ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਅਪਰੋਚ ਕਰਨਾ, ਕੁਛ ਨੂੰ ਕਰ ਲਿਆ ਕੁਛ ਨੂੰ ਕਰ ਰਹੇ ਹਾਂ ਇਹਦੇ ਵਿੱਚ ਸ਼ਾਮਿਲ ਹੋਣ ਲਈ, ਤਾਂ ਕਈਆਂ ਨੂੰ ਪਹਿਲਾਂ ਕਰ ਲਿਆ ਸੀ, ਥੋੜਾ ਜਿਹਾ ਰਹਿ ਗਿਆ ਉਹਨਾਂ ਨੂੰ ਵੀ ਅਸੀਂ ਕਰ ਰਹੇ ਹਾਂ ਜੀ। ਸਾਡੇ ਕੋਲ ਕੋਈ ਸਪੋਕਸਮੈਨ ਨਹੀਂ ਹੈ, ਸਾਨੂੰ ਅਧਿਕਾਰ ਨਹੀਂ ਹੈ ਅਸੀਂ ਇਸ ਸੰਸਥਾ ਦੇ ਵਾਸਤੇ ਕੋਈ ਜ਼ਿਆਦਾ ਗੱਲਬਾਤ ਕਰੀਏ, ਕਿਉਂਕਿ ਜਦੋਂ ਬੰਦੇ ਇੰਗਲੈਂਡ ਤੋਂ ਚੁਣੇ ਜਾਣਗੇ ਉਹ ਆਪਣਾ ਸਪੋਕਸ ਪਰਸਨ ਜਾਂ ਜੈਨੂਇਨ ਮੀਡੀਆ ਨਾਲ ਗੱਲ ਕਰਨੀ ਉਹਦੀ ਜ਼ਿੰਮੇਵਾਰੀ ਲਾਈ ਜਾਵੇ। ਠੀਕ ਹੈ। ਦੂਸਰੀ ਗੱਲ ਆ, ਹਰ ਇੱਕ ਬੰਦੇ ਦਾ ਆਪਣਾ ਅਧਿਕਾਰ ਆ ਇਹਦੇ ਪੱਖ ਵਿੱਚ ਖਿਲਾਫ਼ ਭੁਗਤਣਾ, ਪਰ ਅਸੀਂ ਆਪਣੇ ਮਨੋਂ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਬਿਨਾਂ ਪੱਖਪਾਤ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਆ। ਹਾਂ, ਜਦੋਂ ਤੁਸੀਂ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਕਈ ਮੂਲਤਾਈਆਂ ਰਹਿ ਜਾਣੀਆਂ ਜਾਂ ਜਿੱਦਾਂ ਕੁਝ ਲੋਕ ਚਾਹੁੰਦੇ ਓਦਾਂ ਨਹੀਂ ਹੁੰਦਾ, ਪਰ ਸਾਡੀ ਕੋਸ਼ਿਸ਼ ਹੈ ਵੀ ਸਾਰਾ ਕੁਛ ਠੀਕ ਕੀਤਾ ਜਾਵੇ। ਦੂਸਰੀ ਬੇਨਤੀ ਆ, ਜਦੋਂ ਅਸੀਂ ਇੰਗਲੈਂਡ ਦੇ ਵਿੱਚ 30 ਬੰਦੇ ਪੂਰੇ ਕਰਦੇ ਹਾਂ, ਇਸ ਤਰ੍ਹਾਂ ਅਮਰੀਕਾ ਚੋਂ 30 ਹੁਣ ਅਮਰੀਕਾ ਵਾਲੇ ਸਿੰਘਾਂ ਨੇ ਕਰਨੇ ਆ, ਕੈਨੇਡਾ ਵਾਲਿਆਂ ਨੇ ਉੱਥੋਂ ਕਰਨੇ ਆ, ਯੂਰਪ ਵਾਲਿਆਂ ਨੇ 30 ਕਰਨੇ ਆ, ਇੰਡੀਆ ਪਾਕਿਸਤਾਨ ਵਾਲਿਆਂ ਨੇ 150 ਕਰਨੇ ਆ, ਆਸਟ੍ਰੇਲੀਆ ਨਿਊਜ਼ੀਲੈਂਡ ਵਾਲਿਆਂ ਨੇ ਵੀ 30 ਕਰਨੇ ਆ। ਇਸ ਤਰ੍ਹਾਂ 150 ਫੋਰਨ ਚੋਂ 150 ਪੰਜਾਬ ਦੇ ਵਿੱਚੋਂ ਜਾਂ ਆਸ ਪਾਸ ਦੇ ਮੁਲਕਾਂ ਵਿੱਚੋਂ ਕਰਨਾ ਆ। ਸਿੰਗਾਪੁਰ ਮਲੇਸ਼ੀਆ ਵਗੈਰਾ ਉਹ ਆਸਟ੍ਰੇਲੀਆ ਦੇ ਨਾਲ ਆ ਜੀ। ਦੂਸਰੀ ਗੱਲ ਹੈ ਕਿ ਜਦੋਂ ਇਹ ਬੰਦੇ ਸਾਰੇ ਚੁਣੇ ਗਏ ਜੀ, ਉੱਥੇ ਜਿਹੜਾ ਪ੍ਰਪੋਜ਼ ਵਿਧਾਨ ਆ ਇਹਦਾ ਜਾਂ ਇਹਦੇ ਬਾਰੇ ਜਿਹੜੀ ਸਾਰੀ ਫਾਈਨਲ ਰੂਪ ਰੇਖਾ ਉਹ ਹੀ ਬਣਾਉਣਗੇ। ਠੀਕ ਹੈ ਜੀ। ਜਿਹੜੀ ਬਹੁਤ ਜ਼ਰੂਰੀ ਗੱਲ ਆ, ਜਿਹੜੀ ਕਿ ਆਪਾਂ ਨੂੰ ਸਮਝਣ ਦੀ ਲੋੜ ਹੈ ਨਾ, ਆਪਣੇ ਉੱਥੇ 7 ਲੱਖ ਬੰਦਾ ਸਰਬੱਤ ਖਾਲਸਾ ਵਿੱਚ ਸ਼ਾਮਿਲ ਹੋਇਆ। 7 ਲੱਖ ਸਾਰੇ ਦੁਨੀਆਂ ਦੇ ਸਿੱਖਾਂ ਨੇ ਉਹਨੂੰ ਫੁੱਲ ਸਪੋਰਟ ਵੀ ਨਹੀਂ ਕੀਤਾ। ਸਾਡੀ ਕੋਸ਼ਿਸ਼ ਆ ਜਿਹੜੇ ਉਹਦੇ ਹੱਕ ਵਿੱਚ ਆ ਜਾਂ ਨਹੀਂ ਹੱਕ ਵਿੱਚ, ਉਹਨਾਂ ਨੂੰ ਇਸ ਕੋਸ਼ਿਸ਼ ਰਾਹੀਂ ਇੱਕ ਪਲੇਟਫਾਰਮ ਤੇ ਇਕੱਠੇ ਬਿਠਾਉਣ ਦੀ ਗੱਲ ਆ। ਚਲੋ ਆਪਾਂ ਰਲ ਕੇ ਕੋਈ ਹਮਲਾ ਮਾਰ ਲਈਏ, ਕਿਉਂਕਿ 30-35 ਸਾਲ ਹੋ ਗਿਆ ਆਪਾਂ ਨੂੰ ਸਟਰਗਲ ਕਰਦੇ ਨੂੰ, ਆਪਣੇ ਆਪਣੇ ਤੌਰ ਤੇ ਆਪਾਂ ਸਾਰੇ ਸਾਰੇ ਜਿੰਨਾ ਸਤਿਗੁਰੂ ਨੇ ਆਪਾਂ ਨੂੰ ਬਲ ਬਖਸ਼ਿਆ, ਮਤ ਬੁੱਧੀ ਦਿੱਤੀ, ਉਹਦੇ ਮੁਤਾਬਕ ਆਪਾਂ ਸਾਰੇ ਕਰ ਰਹੇ ਹਾਂ। ਠੀਕ ਹੈ। ਇਹਦੇ ਵਿੱਚ ਸਾਡੀ ਕੋਸ਼ਿਸ਼ ਆ ਕਿ ਵਰਲਡ ਸਿੱਖ ਪਾਰਲੀਮੈਂਟ ਲਈ ਨਾਂ ਲਏ ਜਾਣ, ਉਸ ਤੋਂ ਬਾਅਦ ਵਰਲਡ ਸਿੱਖ ਬੈਂਕ ਦੀ ਵੀ ਕਦਮ ਪੁੱਟੇ ਜਾਣ, ਕਿਉਂਕਿ ਜਿੰਨਾ ਚਿਰ ਇਹ ਦੋਨੇ ਸੰਸਥਾਵਾਂ ਸਥਾਪਿਤ ਨਹੀਂ ਹੁੰਦੀਆਂ ਉਹਨਾਂ ਚਿਰ ਆਪਣਾ ਕੌਮੀ ਮਸਲੇ ਜਾਂ ਕੌਮੀ ਗੱਲ ਗਾਹ ਨਹੀਂ ਤੁਰਦੀ।
ਠੀਕ ਹੈ ਪਰ ਜੀ। ਸਾਡੀ ਜਿਹੜੀ ਖਾਸ ਕਰਕੇ ਬੇਨਤੀ ਹੈ ਜਿਹੜੀ ਭਾਈ ਜਗਤਾਰ ਸਿੰਘ ਹਵਾਰੇ ਵੱਲੋਂ ਖਾਸ ਕਰਕੇ ਸਾਨੂੰ ਸਲਾਹ ਦਿੱਤੀ ਜਾਂਦੀ ਹੈ, ਹਦਾਇਤ ਦਿੱਤੀ ਜਾਂਦੀ ਹੈ ਜਾਂ ਸਲਾਹ ਮਸ਼ਵਰਾ ਕਹਿ ਲਓ, ਉਹ ਇਹੀ ਹੈ ਕਿ ਇਹ ਇੱਕ ਹੋਰ ਜਥੇਬੰਦੀ ਨਾ ਬਣ ਕੇ ਰਹਿ ਜਾਵੇ। ਇਹਦੇ ਵਿੱਚ ਸੰਸਾਰ ਦੀ ਹਰ ਜਥੇਬੰਦੀ ਜਿਹੜੀ ਕੌਮ ਦੀ ਚੜ੍ਹਦੀ ਕਲਾ ਲਈ ਕੁਛ ਨਾ ਕੁਛ ਕਰ ਰਹੀ ਆ, ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਇਹਦੇ ਵਿੱਚ ਸ਼ਾਮਿਲ ਕੀਤਾ ਜਾਵੇ। ਜਿਹੜੇ ਅਸੀਂ ਗਿਣਤੀ ਮਿਲਤੀ ਆ ਉਹ ਪੱਥਰ ਤੇ ਲਕੀਰ ਨਹੀਂ, ਜਦੋਂ ਬੰਦੇ ਪੂਰੇ ਹੋ ਗਏ ਜਿੰਨੇ ਕੁ ਅਸੀਂ ਸੋਚਦੇ ਹਾਂ, ਜੇ ਉਹ ਸੋਚਣ ਵਿੱਚ ਹੋਰ ਵਧਾਉਣੇ ਵਧਾ ਲੈਣਗੇ, ਜੋ ਚੇਂਜ ਕਰਨੇ ਚਾਹੁੰ ਕਰ ਲੈਣਗੇ। ਸਾਡੇ ਕੋਲ ਅਥਾਰਟੀ ਨਹੀਂ, ਅਸੀਂ ਤੱਕ ਸ਼ੁਰੂਆਤ ਕੀਤੀ ਆ ਕਿ ਅਸੀਂ ਸਾਰੇ ਸੰਸਾਰ ਭਰ ਦੇ ਹਮ ਖਿਆਲੀ ਕਹਿ ਲਓ ਜਾਂ ਆਜ਼ਾਦੀ ਪਸੰਦ ਕਹਿ ਲਓ, ਆਜ਼ਾਦੀ ਪਸੰਦ ਮੇਰੇ ਖਿਆਲ ਬਿਹਤਰ ਲੱਗ ਹੋਵੇਗਾ, ਬਿਲਕੁਲ ਬਿਲਕੁਲ, ਉਹਨਾਂ ਦੀ ਅਸੀਂ ਸ਼ਕਤੀ ਇੱਕ ਥਾਂ ਇਕੱਠੀ ਕਰ ਲਈਏ, ਪੂਰ ਕਰ ਲਈਏ, ਫਿਰ ਸਾਡੀ ਕੋਸ਼ਿਸ਼ ਆ ਕਿ ਅਸੀਂ ਰਲ ਕੇ ਕੰਮ ਕਰੀਏ। ਇਹਦੀ ਸਫਲਤਾ ਹੋਣੀ ਜਾਂ ਨਹੀਂ ਹੋਣੀ ਸਿੱਖ ਸੰਗਤਾਂ ਦੇ ਹੱਥ ਵਿੱਚ ਆ ਤਾਂ ਗੁਰੂ ਮਹਾਰਾਜ ਦੇ ਬਖਸ਼ਿਸ਼ ਤੇ ਡਿਪੈਂਡ ਕਰਦਾ, ਪਰ ਅਸੀਂ ਆਪਣੇ ਪੱਖੋਂ ਕੋਸ਼ਿਸ਼ ਕਰਦੇ ਹਾਂ, ਕੋਸ਼ਿਸ਼ ਕਰਨਾ ਆਪਣਾ ਫਰਜ਼ ਆ। ਸਫਲਤਾ ਸਤਿਗੁਰੂ ਨੇ ਬਖਸ਼ਣੀ ਆ, ਅਸੀਸਾਂ ਸੰਗਤਾਂ ਬਖਸ਼ਣ ਤਾਂ ਆਪਾਂ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਅਸੀਂ ਚਾਹੁੰਦੇ ਹਾਂ ਵੀ ਕਿਸੇ ਧਿਰ ਦੇ ਨਾਲ ਇੱਕ ਮਸਲੇ ਤੇ ਟਕਰਾਓ ਨਾ ਪੈਦਾ ਕੀਤਾ ਜਾਵੇ ਕਿ ਕੋਈ ਮੰਨਦਾ ਫਲਾਣੇ ਨੂੰ ਕਿ ਨਹੀਂ ਮੰਨਦਾ, ਫਲਾਣਾ ਉਹਦੇ ਨਾਲ ਆ ਜਾਂ ਨਹੀਂ ਆ। ਅਸੀਂ ਚਾਹੁੰਦੇ ਹਾਂ ਵੀ ਜਿਹੜਾ ਵੀ ਕੌਮ ਦੀ ਆਜ਼ਾਦੀ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਉਹ ਇਹਦੇ ਵਿੱਚ ਜਗ੍ਹਾ ਮਿਲੇ, ਇਹਦੇ ਵਿੱਚ ਮੌਕਾ ਮਿਲੇ ਕੰਮ ਕਰਦਾ। ਸੋ ਜਦੋਂ ਅਸੀਂ 30 ਇੰਗਲੈਂਡ ਤੋਂ ਚੋਣ ਲਿਆ, ਜਿਹੜਾ ਅਸੀਂ ਨੁਮਾਇੰਦਾ ਦੇਵਾਂਗੇ ਬੀਟੀ ਨਾਲ ਗੱਲ ਕਰਨ ਲਈ, ਉਹ ਤੁਹਾਡਾ ਸਾਡਾ ਜਿਹੜਾ ਪ੍ਰੋਗਰਾਮ ਹੈ ਵੀ ਉਹ ਸਪਤੰਬਰ ਦੇ ਐਂਡ ਤੱਕ ਅਸੀਂ ਅਜਿਹਾ ਕਰ ਪਾਵਾਂਗੇ। ਠੀਕ ਹੈ, ਜਦੋਂ ਅਜਿਹਾ ਹੋ ਗਿਆ ਤਾਂ ਅਸੀਂ ਹਰ ਕਮੇਟੀ ਨੂੰ ਉਹਦਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ। ਜੇ ਕਮੇਟੀ ਦੇ ਵਿੱਚ ਕੋਈ ਗੱਲ ਕਰਨੀ, ਕੋਈ ਸਵਾਲ ਪੁੱਛਣਾ ਤਾਂ ਉਹਨਾਂ ਕੋਲੋਂ ਪੁੱਛ ਸਕਦੇ ਆ। ਉਹ ਹਾਲੇ ਮੇਰੀ ਪੋਜੀਸ਼ਨ ਕਿਸੇ ਸਵਾਲਾਂ ਦੇ ਜਵਾਬ ਦੇਣ ਦੀ ਨਹੀਂ ਹੈ, ਤੁਹਾਨੂੰ ਕੋਈ ਅਧਿਕਾਰ ਨਹੀਂ ਹੈ। ਠੀਕ ਹੈ, ਕਿਉਂਕਿ ਮੈਂ ਤਾਂ ਸਿਰਫ ਕੋਆਰਡੀਨੇਸ਼ਨ ਕਮੇਟੀ ਦਾ ਮੈਂਬਰ ਹਾਂ, ਜੇ ਪਾਰਲੀਮੈਂਟ ਤਾਂ ਬਣਨੀ ਹੈ। ਠੀਕ ਹੈ ਜੀ, ਸਿੱਖ ਪਾਰਲੀਮੈਂਟ ਦਾ ਜੇ ਬਣਨੀ ਹੈ। ਠੀਕ ਹੈ ਜੀ, ਤੇ ਉਹ ਸਾਰੇ ਆਪਾਂ ਰਲ ਮਿਲ ਕੇ ਜੇ ਕੋਸ਼ਿਸ਼ ਕਰੀਏ। ਸੋ ਮੈਂ ਪ੍ਰੋਗਰਾਮ ਦੇ ਜ਼ਰੀਏ ਸਮੂਹ ਸੰਸਾਰ ਦੇ ਸਿੱਖਾਂ ਨੂੰ ਦੋਵੇਂ ਘਰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੀ, ਆਓ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੌਮੀ ਸ਼ਕਤੀ ਨੂੰ ਇਕੱਠੀ ਕਰਕੇ ਕੌਮ ਦੇ ਭਲੇ ਲਈ, ਕੌਮ ਦੀ ਚੜ੍ਹਦੀ ਕਲਾ ਦੇ ਕਦਮ ਚੁੱਕੀਏ। ਸਾਡਾ ਸੁਪਨਾ ਸਾਡੇ ਅੰਦਰ ਜਿਹੜੀ ਗੱਲ ਇਹ ਆ, ਬਾਕੀ ਸੰਗਤਾਂ ਦੇ ਡਿਪੈਂਡ ਕਰਦਾ ਉਹਨੂੰ ਕਿੰਨਾ ਸਹਿਯੋਗ ਦੇਣਾ। ਬਾਕੀ ਅਸੀਂ ਤਾਂ ਸਤਿਗੁਰ ਦੇ ਚਰਨਾਂ 'ਚ ਅਰਦਾਸ ਹੀ ਕਰਦੇ, ਉਦਣ ਦੀ ਅਰਦਾਸ ਕਰਕੇ ਹੀ ਬਿਲਕੁਲ ਸ਼ੁਰੂ ਕੀਤੀ ਸੀ, ਬਿਲਕੁਲ, ਤੇ ਸਾਡੀ ਇਹ ਬੇਨਤੀ। ਕਿਉਂਕਿ ਭਾਈ ਜੋਗਤ ਸਿੰਘ ਜੀ, ਜਿਹੜੀ ਸਾਰੀ ਇਸ ਦੀ ਰਿਪੋਰਟਿੰਗ ਪ੍ਰੈਸ ਕਾਨਫਰੰਸ ਦੀ ਜਾਂ ਜਿਹੜੀ ਪ੍ਰੈਸ ਨਿਊਜ਼ ਹੈ ਉਹ ਆਪ ਜੀ ਦੇ ਨਾਮ ਹੇਠ ਗਈ ਹੈ, ਆਪ ਜੀ ਦੀ ਵੈਬਸਾਈਟ ਤੋਂ ਗਈ ਹੈ ਜਾਂ ਆਪ ਜੀ ਦੇ ਈਮੇਲ ਤੋਂ ਗਈ ਹੈ, ਇਸ ਕਰਕੇ ਅਸੀਂ ਤੁਹਾਨੂੰ ਯੋਗ ਤਾਂ ਤੁਸੀਂ ਹੈ ਹੀ ਹੋ, ਮਾਫ਼ੀ ਚਾਹਾਂਗਾ ਕਿ ਇਸ ਸਮਝਿਆ ਸੀ। ਅਗਰ ਤੁਸੀਂ ਇੱਕ ਦੋ ਪ੍ਰਸ਼ਨਾਂ ਦੇ ਜਵਾਬ ਦੇਣਾ ਚਾਹੋ ਤਾਂ ਮੈਂ ਪ੍ਰਸ਼ਨ ਕਰਾਂ, ਨਹੀਂ ਤਾਂ ਜਿਸ ਤਰ੍ਹਾਂ ਆਪ ਜੀ ਦੀ ਖੁਸ਼ੀ ਹੋਏ। ਡਾਕਟਰ ਸਾਹਿਬ ਜੀ, ਜਿਹੜੀ ਹੈ ਨਾ ਪ੍ਰੈਸ ਰਿਲੀਜ਼ ਆ ਜੀ ਜੀ, ਉਹ ਸਾਰਿਆਂ ਨੂੰ ਬਣਾ ਕੇ ਦੇ ਦਿੱਤੀ ਸੀ, ਜਿਹਦੇ ਜਿਹਦੇ ਨਾਲ ਜਿਹਦਾ ਜਿਹਦਾ ਸੰਬੰਧ ਸੀ ਉਹਨੇ ਉਹਨੂੰ ਭੇਜ ਦਿੱਤੀ। ਜਿੱਦਾਂ ਮੈਂ ਪੰਜਾਬ ਰੇਡੀਓ ਨੂੰ ਜਾਂ ਅਕਾਲ ਚੈਨਲ ਨੂੰ ਜਾਂ ਆਪਣੇ ਜਿਹੜੇ ਬਾਕੀ ਚੈਨਲ ਜਿੰਨੇ ਵੀ ਆ ਕੇ ਸਾਰਿਆਂ ਨੂੰ ਭੇਜਦਾ, ਉਸੇ ਕਰਕੇ ਮੈਂ ਭੇਜੀ ਸੀ। ਤੇ ਵੈਸੇ ਚੰਗੀ ਗੱਲ ਹੈ ਜੇ ਤੁਸੀਂ ਮੇਰਾ ਸਵਾਲਾਂ ਤੋਂ ਮਾਫ਼ੀ ਦਿਓ। ਤੇ ਵੈਸੇ ਮੇਰੀ ਤੁਹਾਨੂੰ ਇਹ ਬੇਨਤੀ ਆ ਕਿ ਤੁਹਾਡੇ ਵਰਗੇ ਸੱਜਣ ਅਮਰਜੀਤ ਸਿੰਘ ਅਸੀਂ ਵੀ ਪੰਥ ਵਿਚ ਆਉਣੇ ਆ ਜੀ, ਕਿਉਂਕਿ ਜਿਹੜੀ ਤੁਸੀਂ ਪ੍ਰੈਸ ਨੋਟ ਭੇਜਿਆ ਸੀ ਨਾ ਉਹਦੇ ਬਾਬਤ ਦੋ ਇੱਕ ਮੇਰੇ ਪਾਸ ਪ੍ਰਸ਼ਨ ਸਨ, ਜੇ ਆਪ ਕਹੋ ਤਾਂ ਮੈਂ ਕਰਾਂ, ਨਹੀਂ ਤਾਂ ਕੋਈ ਗੱਲ ਜਿਸ ਤਰ੍ਹਾਂ ਆਪ ਠੀਕ ਸਮਝੋ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਬਹੁਤ ਬਹੁਤ ਧੰਨਵਾਦ ਤੁਹਾਡਾ ਜੋਗ ਸਿੰਘ ਜੀ, ਖਾਲਸਾ ਵਾਹਿਗੁਰੂ ਜੀ ਫਤਿਹ। ਤੋ ਹੁਣ ਆਪਾਂ ਆਪਣੀ ਜਿਹੜੀ ਗੱਲ ਹੈ ਅੱਗੇ ਤੋਰਦੇ ਹਾਂ, ਸਤਿਕਾਰਯੋਗ ਅਮਰਜੀਤ ਸਿੰਘ ਜੀ ਖਾਲੜਾ ਸਾਹਿਬ ਸਾਡੇ ਨਾਲ ਮੌਜੂਦ ਨੇ। ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਤੁਸੀਂ ਭਾਈ ਜੋਗਤ ਸਿੰਘ ਸਾਹਿਬ ਜੀ ਦੀ ਗੱਲ ਸੁਣੀ ਹੀ ਲਈ ਹੈ, ਕਿਉਂਕਿ ਅਸੀਂ ਨਾ ਤਾਂ ਪੱਖਪਾਤੀ ਹਾਂ ਨਾ ਹੀ ਪੱਖਪੂਰਨ, ਨਾ ਹੀ ਆਪਾਂ ਮਤਲਬ ਉਸ ਭਾਵਨਾ ਦੇ ਨਾਲ ਗੱਲ ਕਰਨੀ ਹੈ ਕਿ ਜ਼ਾਹਿਰ ਤੌਰ ਉੱਪਰ ਜੋਗਤ ਸਿੰਘ ਸਾਹਿਬ ਜੀ ਨੇ ਕਹਿ ਦਿੱਤਾ ਕਿ ਕਿਉਂਕਿ ਮੈਂ ਉਹਨਾਂ ਪਾਸੋਂ ਇਹ ਪ੍ਰਸ਼ਨ ਜ਼ਰੂਰ ਚਾਹਿਆ ਸੀ ਕਿ ਇਹਦਾ ਜਵਾਬ ਦੇ ਦੇਣ ਕਿ ਜਿਹੜਾ ਸਰਦਾਰ ਸਿਮਰਜੀਤ ਸਿੰਘ ਮਾਨ ਹੋਣਾ ਨੇ ਇਸ ਗੱਲ ਦਾ ਵਿਰੋਧ ਕੀਤਾ,
ਤੋਂ ਆਪਾਂ ਇੱਕ ਸਵੈ ਪੜਚੋਲ ਦੇ ਨੀਅਤ ਦੇ ਨਾਲ ਅੱਜ ਦੇ ਇਸ ਵਿਸ਼ੇ ਨੂੰ ਚਲਾਵਾਂਗੇ, ਲੇਕਿਨ ਇਸ ਦੇ ਵਿੱਚ ਮੈਂ ਸਾਰਿਆਂ ਨੂੰ ਦੱਸਦਾ ਚੱਲਾਂ ਕਿ ਆਪ ਜੀ ਦੀਆਂ ਫੋਨ ਕਾਲਸ ਸ਼ੁਰੂ ਤੋਂ ਹੀ ਸ਼ਾਮਿਲ ਰਹਿਣਗੀਆਂ, ਕਿਉਂਕਿ ਇਹਦੇ ਵਿੱਚ ਆਪ ਜੀ ਦੀ ਰਾਏ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਖਰੜਾ ਸਾਹਿਬ ਤੋਂ ਜਿਹੜੀ ਆਪਾਂ ਗੱਲ ਕਰਨੀ ਆਪ ਜੀ ਦੀ ਰਾਏ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਸਿੱਖਾਂ ਦੀ ਇੱਕ ਪਾਰਲੀਮੈਂਟ ਹੈ। ਤੋ ਆਪ ਸਾਨੂੰ 02080204 02085714279 'ਤੇ ਕਾਲ ਕਰ ਸਕਦੇ ਹੋ, ਸਾਡੀ ਸਕਰੀਨ ਦੇ ਉੱਤੇ ਸਾਡਾ ਨੰਬਰ ਵੀ ਆਉਣਾ ਸ਼ੁਰੂ ਹੋ ਜਾਏਗਾ। ਔਰ ਆਪ ਜੀ ਦੀ ਕਾਲ ਦੇ ਵਿੱਚ ਮੈਂ ਚਾਹਾਂਗਾ ਕਿ ਜੇ ਕਾਲਸ ਆਪਾਂ ਸ਼ੋਰਟ ਗੱਲ ਕਰਾਂਗੇ ਤਾਂ ਆਪਾਂ ਜ਼ਿਆਦਾ ਕਾਲਸ ਲੈ ਸਕਾਂਗੇ। ਤੋ ਅਮਰਜੀਤ ਸਿੰਘ ਸਾਹਿਬ ਜੀ, ਤੁਸੀਂ ਕੀ ਨਿਚੋੜ ਕੱਢਦੇ ਹੋ, ਕਿਉਂਕਿ ਇੱਕ ਆਰਟੀਕਲ ਵੀ ਛਪ ਚੁੱਕਿਆ ਜਿਹੜਾ ਸਰਦਾਰ ਮਹਿੰਦਰ ਸਿੰਘ ਜੀ ਖਹਿਰਾ ਹੋਣਾ ਵੱਲੋਂ ਛਪਿਆ ਗਿਆ, ਮੇਰੇ ਖਿਆਲ ਸਾਰੀਆਂ ਅਖਬਾਰਾਂ ਦੇ ਵਿੱਚ ਜਾਂ ਨਸ਼ਰ ਹੋ ਵੀ ਚੁੱਕਿਆ, ਕੀ ਉਹ ਆਰਟੀਕਲ ਜਲਦਬਾਜ਼ੀ ਦੇ ਵਿੱਚ ਤਾਂ ਸ਼ਾਇਦ ਉਹਨਾਂ ਨੇ ਨਹੀਂ ਲਿਖ ਦਿੱਤਾ, ਕਿਉਂਕਿ ਉਹਨਾਂ ਨੇ ਜਿਹੜੀ ਡਿਟੇਲ ਦਿੱਤੀ ਹੈ ਉਹ ਤਾਂ ਬਾ ਕਮਾਲ ਹੈ, ਲੇਕਿਨ ਜਿਸ ਤਰ੍ਹਾਂ ਜੋਗਾ ਸਿੰਘ ਸਾਹਿਬ ਜੀ ਨੇ ਗੱਲ ਕੀਤੀ ਹੈ ਕਿ ਅਜੇ ਕੋਈ ਰੂਪਰੇਖਾ ਤਿਆਰ ਨਹੀਂ ਹੋਈ, ਅਜੇ ਕੋਈ ਗੱਲ ਨਹੀਂ, ਅਜੇ ਸਿਰਫ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ ਹੈ, ਅਜੇ ਪੂਰੀ ਤਰ੍ਹਾਂ ਨਾਲ ਮੈਂਬਰਾਂ ਦੀ ਲਿਸਟ ਵੀ ਨਹੀਂ ਹੈ, ਔਰ ਫਿਰ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਮੈਂਬਰ ਆਪਾਂ ਲੈ ਵੀ ਸਕਦੇ ਹਾਂ ਹੋਰ ਵੀ ਲੈ ਸਕਦੇ ਹਾਂ। ਇੱਕ ਪ੍ਰਸ਼ਨ ਜਿਹੜਾ ਮੈਂ ਉਹਨਾਂ ਪਾਸੇ ਪੁੱਛਣਾ ਚਾਹ ਰਿਹਾ ਸੀ ਉਹ ਇਹ ਸੀ ਕਿ ਜਿਵੇਂ ਉਹਨਾਂ ਨੇ ਆਪਣੇ ਨੋਟ ਦੇ ਵਿੱਚ ਕਹਿ ਦਿੱਤਾ ਕਿ ਕਈ ਜਥੇਬੰਦੀਆਂ ਅਸਫਲ ਰਹੀਆਂ, ਜਥੇਬੰਦੀਆਂ ਅਸਫਲ ਰਹੀਆਂ ਉਹਦਾ ਮਤਲਬ ਇਹ ਸੀ ਕਿ ਸਾਨੂੰ ਅੱਜ ਪਾਰਲੀਮੈਂਟ ਬਣਾਉਣੀ ਪਈ, ਅਤੇ ਜੇ ਜਥੇਬੰਦੀਆਂ ਅਸਫਲ ਰਹੀਆਂ ਉਹਨਾਂ ਦੀਆਂ ਜਥੇਬੰਦੀਆਂ ਦੇ ਵਿੱਚ ਹੀ ਸਨ ਜਾਂ ਹੋਰ ਸਾਰੀਆਂ ਜਥੇਬੰਦੀਆਂ ਵਿੱਚ ਹੀ ਆ ਜਾਂਦੀਆਂ। ਦੂਸਰੀ ਗੱਲ ਜਿਹੜੀ ਹੈ ਨਾ, ਮੈਂ ਇਸ ਤਰ੍ਹਾਂ ਕਰਾਂਗਾ ਕਿ ਆਪਾਂ ਗੱਲ ਲੰਬੀ ਨਾ ਹੋ ਜਾਏ, ਆਪਾਂ ਫਿਰ ਬਾਅਦ ਹੌਲੀ ਹੌਲੀ ਹਾਂਜੀ। ਪਹਿਲੀ ਤਾਂ ਗੱਲ ਡਾਕਟਰ ਸਾਹਿਬ, ਵੇਖੋ ਤਕਰੀਬਨ ਦੁਨੀਆਂ ਦੇ ਸਾਰਿਆਂ ਖਿੱਤਿਆਂ ਦੇ ਵਿੱਚ ਹੀ ਨਾ ਜਥੇਬੰਦੀਆਂ ਜੀ ਜੀ ਬਣਦੀਆਂ ਆਈਆਂ, ਜਥੇਬੰਦੀਆਂ ਫੇਲ ਹੁੰਦੀਆਂ ਆਈਆਂ, ਟੁੱਟਦੀਆਂ ਆਈਆਂ, ਨਵੀਆਂ ਬਣਦੀਆਂ ਆਈਆਂ ਵਾ, ਇਹ ਇੱਕ ਕਾਇਦਾ ਜਿਹੜਾ ਵਾ ਚੱਲੀ ਜਾਂਦਾ। ਠੀਕ ਹੈ, ਪਰ ਜਿੱਥੇ ਤਿੰਨ ਚੀਜ਼ਾਂ ਦਾ ਸੁਮੇਲ ਇਹਦੇ ਵਿੱਚ ਹੋ ਗਿਆ ਨਾ, ਇੱਕ ਵਰਲਡ ਅਤੇ ਇੱਕ ਸਿੱਖ ਅਤੇ ਇੱਕ ਪਾਰਲੀਮੈਂਟ। ਠੀਕ ਹੈ ਜੀ, ਇਹ ਜ਼ਿਆਦਾ ਚੀਜ਼ ਜਿਹੜੀ ਆ ਉਸ ਚੀਜ਼ 'ਤੇ ਵਿਚਾਰਨ ਵਾਲੀ ਹੁੰਦੀ ਆ, ਹੋਰ ਕੋਈ ਜਥੇਬੰਦੀ ਬਣੇ ਸਿੱਖਾਂ ਦੀ ਜਾਂ ਚੱਲੇ ਜਾਂ ਨਾ ਚੱਲੇ ਜਾਂ ਬਣੇ ਜਾਂ ਨਾ ਕੁਝ ਬਣੇ, ਇਹ ਚੀਜ਼ ਆ ਜਾਂਦੀ ਆ ਵੀ ਸਮੁੱਚੇ ਵਰਲਡ ਦੇ ਸਿੱਖਾਂ ਦੀ ਪਾਰਲੀਮੈਂਟ, ਇੱਕ ਨੁਮਾਇਦਾ ਪਾਰਲੀਮੈਂਟ ਜੀ, ਅਤੇ ਇਹਦੇ 'ਤੇ ਵੇਖਣ ਵਾਲੀ ਗੱਲ ਹੁੰਦੀ ਆ ਵੀ ਕੀ ਉਹਦੀ ਬਿਨਾਂ ਤਿਆਰੀ ਕੀਤਿਆਂ ਉਹਨੂੰ ਡਿਕਲੇਅਰ ਕਰਕੇ ਉਹਦਾ ਨਾ ਕੋਈ ਕੰਸਟੀਟਿਊਸ਼ਨ ਹੋਵੇ, ਨਾ ਕੋਈ ਉਹਦਾ ਸਪੋਕਸਮੈਨ ਹੋਵੇ, ਅਤੇ ਫਿਰ ਪਿਛਲੇ ਸਮੇਂ ਦੇ ਵਿੱਚ ਜਿੱਥੇ ਆਪਾਂ ਇਕੱਲੀ ਇੱਕ ਧਿਰ ਨੂੰ ਨਹੀਂ ਵੇਖਣਾ, ਦੂਜੀਆਂ ਵੀ ਸਿੱਖ ਕੌਮ ਦੇ ਵਿੱਚ ਧਿਰਾਂ ਜਿਹੜੀਆਂ ਵਿਚਰਦੀਆਂ ਵਾ ਜੀ, ਉਹ ਵੀ ਇਸੇ ਖਿੱਤੇ ਦੇ ਵਿੱਚ ਕੰਮ ਕਰਦੀਆਂ ਰਹੀਆਂ ਹੁਣ ਇਸ ਚੀਜ਼ ਨੂੰ ਸੁਰਜੀਤ ਕਰਨ ਦੇ ਲਈ, ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ 2015 ਦੇ ਸਰਬੱਤ ਖਾਲਸੇ ਦੇ ਵਿੱਚ ਵੀ ਇਹ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੇ ਲਈ ਮਤਾ ਪਾਸ ਹੋਇਆ ਸੀ, ਉਹ ਵੀ ਜਿਹੜੇ ਆ ਉਦੋਂ ਤੋਂ ਇਸ ਚੀਜ਼ ਦੀ ਕਾਮਯਾਬੀ ਲਈ ਵਰਕ ਕਰ ਰਹੀ ਧਿਰ। ਤੁਸੀਂ ਫਿਰ ਇਸ ਗੱਲ ਨੂੰ ਮੰਨ ਕੇ ਸੋਚ ਕੇ ਚੱਲ ਰਹੇ ਹੋ ਕਿ ਅਜੇ ਉਹਨਾਂ ਦੀ ਜਲਦਬਾਜ਼ੀ ਹੈ, ਕਿਉਂਕਿ ਜੋਗਾ ਸਿੰਘ ਸਾਹਿਬ ਨੇ ਸਾਨੂੰ ਕਿਹਾ ਕਿ ਸਪੋਕਸਮੈਨ ਅਸੀਂ ਨਿਯੁਕਤ ਕਰ ਰਹੇ ਹਾਂ। ਨਹੀਂ, ਉਹ ਮੈਂ ਤੁਹਾਨੂੰ ਸਾਰੀ ਗੱਲ ਦੱਸ ਦੇਣਾ, ਹੁਣ ਉਹ ਇੱਕ ਧਿਰ ਤਾਂ ਉਹ ਹੋ ਗਈ ਨਾ ਜਿਹੜੀ ਉਹ ਵਰਲਡ ਸਿੱਖ ਆਪਣੇ ਸਰਬੱਤ ਖਾਲਸਾ 'ਚ ਮਤਾ ਪਾਸ ਕਰਨ ਵਾਲੀ, ਜਸਟ ਮਤਾ ਸੀ ਨਾ ਜੀ, ਨਹੀਂ ਮਤਾ ਪਾਸ ਕਰਕੇ ਉਹ ਆਉਂਦੇ ਆ ਵੀ ਅਧਿਕਾਰ ਹੀ ਸਾਡੇ ਕੋਲ ਬਣਾਉਣ ਦੇ ਲਈ, ਵੀ ਉਦੋਂ ਉਹਨਾਂ ਜਥੇਦਾਰਾਂ ਨੂੰ ਅਧਿਕਾਰ ਦੇ ਦਿੱਤੇ ਸੀਗੇ ਬਣਾਉਣ ਦੇ। ਪਰ ਜੇ ਉਹਨਾਂ ਜਥੇਦਾਰਾਂ ਨੇ ਨਹੀਂ ਕੰਮ ਕੀਤਾ, ਨਹੀਂ ਕੰਮ ਜਿਹੜਾ ਵਾ ਉਹ ਆਉਂਦੇ ਅਸੀਂ ਉਹਦੇ 'ਤੇ ਵਰਕ ਕਰ ਰਹੇ ਹਾਂ ਜਿਹੜੀ ਉਹਨਾਂ ਦੀ ਸਟੇਟਮੈਂਟ ਆ। ਦੂਜੇ ਪਾਸੇ ਪਿਛਲੇ ਸਾਲ ਮਾਰਚ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇਸੇ ਬੇਸਡ ਇੱਕ ਵਰਲਡ ਸਿੱਖ ਕਾਨਫਰੰਸ ਹੋਈ ਜੀ, ਉਹਦੇ ਵਿੱਚ ਵੀ ਉਹਨਾਂ ਨੇ ਤਕਰੀਬਨ ਦੁਨੀਆਂ ਦੇ ਵਾਹ ਵਾਹ ਮੁਲਕਾਂ ਦੇ ਵਿੱਚੋਂ ਬੰਦੇ ਅਤੇ ਸਿੱਖ ਵਿਦਵਾਨ ਅਤੇ ਹੋਰ ਪੋਲੀਟੀਕਲ ਇੰਟਲੈਕਚੁਅਲ ਬੰਦੇ ਜਿਹੜੇ ਸੱਦ ਕੇ ਆ ਇਸ ਚੀਜ਼ ਦੇ ਉੱਤੇ ਵਿਚਾਰਾਂ ਕੀਤੀਆਂ ਵੀ ਜਿਹੜੀ ਸਿੱਖੀ ਦੀ ਸੋਵਰਨਿਟੀ ਆ ਅਤੇ ਜਾਂ ਜਿਹੜੇ ਸਿੱਖੀ ਦੇ ਵਿੱਚ ਝਗੜੇ ਆ ਜਾਂ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਵਾ ਉਹਨੂੰ ਆਜ਼ਾਦ ਕਰਾ ਕੇ ਅਤੇ ਇਹ ਸਿੱਖ ਵਰਲਡ ਪਾਰਲੀਮੈਂਟ ਦੇ ਥੱਲੇ ਇਹ ਜਿਹੜੇ ਸਾਰੀਆਂ ਚੀਜ਼ਾਂ ਵਾ ਉਹਨਾਂ ਦੇ ਫੈਸਲੇ ਕਿੱਦਾਂ ਹੱਲ ਕੀਤੇ ਜਾਣ।
ਠੀਕ ਹੈ ਹੁਣ ਇਹ ਬੜੀ ਅੱਛੀ ਗੱਲ ਹੈ ਹਾਂਜੀ ਉਹਦੇ ਵਿੱਚ ਤਕਰੀਬਨ ਉਹਨਾਂ ਨੇ ਜਿੱਦਾਂ ਚੰਗੇ ਚੰਗੇ ਬੰਦੇ ਜਿਹੜੇ ਜਿੱਦਾਂ ਜਗਮੀਤ ਸਿੰਘ ਐਮ ਪੀ ਆ ਕੈਨੇਡਾ ਤੋਂ ਉਹ ਵੀ ਸ਼ਾਮਿਲ ਹੋਇਆ ਉਹਦੇ ਵਿੱਚ ਹਰਿੰਦਰ ਸਿੰਘ ਅਮੈਰੀਕਾ ਤੋਂ ਉਹ ਫਰੀ ਅਕਾਲ ਤਖਤ ਸਾਹਿਬ ਬਹੁਤ ਚਿਰਾਂ ਤੋਂ ਉਹਦੇ 'ਤੇ ਵਰਕ ਕਰ ਰਿਹਾ ਅਤੇ ਮੇਰੇ ਖਿਆਲ ਉਸ ਸ਼ਖਸ ਨੇ ਹੀ 2015 ਦੇ ਵਿੱਚ ਸਰਬੱਤ ਖਾਲਸੇ ਦੇ ਵਿੱਚ ਮਤਾ ਵੀ ਪਵਾਇਆ ਸੀ ਉੱਥੋਂ ਪੰਜਾਬ ਦੇ ਉੱਤੋਂ ਵੀ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਵੀ ਆਇਆ ਸੀ ਗੁਰਤੇਜ ਸਿੰਘ ਹੋਣਾ ਵਰਗੇ ਵਿਦਵਾਨ ਜਾਂ ਰਾਜਵਿੰਦਰ ਸਿੰਘ ਬੈਂਸ ਹੋਣਾ ਵਰਗੇ ਅਤੇ ਇਹ ਸਾਰੇ ਲੋਕ ਉੱਥੇ ਗਏ ਸੀ ਅਤੇ ਉਹਨਾਂ ਨੇ ਇਹੋ ਕਿਹਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਦੁਨੀਆ ਦੇ ਸਿੱਖਾਂ ਦੇ ਨਾਲ ਇਸ ਚੀਜ਼ 'ਤੇ ਵਿਚਾਰ ਕਰਕੇ ਐਕਚੁਲੀ ਜਿਹੜਾ ਪ੍ਰੋਸੈਸ ਹੁੰਦਾ ਵਾ ਉਹ ਹੁੰਦਾ ਵਾ ਵੀ ਦੁਨੀਆ ਜਦੋਂ ਦੁਨੀਆ ਪੱਧਰ ਦੀ ਇੱਕ ਸੰਸਥਾ ਅਤੇ ਉਹ ਸਾਰੀ ਕੌਮ ਨੂੰ ਉਹਦੇ ਵਿੱਚ ਲੈਣਾ ਅਤੇ ਫਿਰ ਉਹ ਉਹਨਾਂ ਦੇ ਨਾਲ ਇਹ ਵਿਚਾਰ ਵਟਾਂਦਰਾ ਕਰਨਾ ਪੈਂਦਾ ਠੀਕ ਹੈ ਹਾਂਜੀ ਅਤੇ ਤਾਂ ਉਹ ਜਿਹੜੀ ਚੀਜ਼ ਵਾ ਪਹਿਲੋਂ ਉਹਦਾ ਲੋਕਾਂ ਨੂੰ ਉਹਦਾ ਕੰਸਟੀਟਿਊਸ਼ਨ ਪਤਾ ਹੋਵੇ ਵੀ ਇਹ ਕੰਮ ਕਿਤੇ ਕਰੂਗੀ ਠੀਕ ਹੈ ਫਿਰ ਉਹਦਾ ਸਾਰਾ ਸਿਸਟਮ ਉਹਦਾ ਬੇਸ ਫਿਰ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਸਾਨੂੰ ਜ਼ਰੂਰਤਾਂ ਨੇ ਉਹਨਾਂ 'ਤੇ ਕੰਮ ਕਰਨ ਦੀਆਂ ਇਹਨਾਂ ਚੀਜ਼ਾਂ ਨੂੰ ਪਹਿਲੋਂ ਵਿਚਾਰਿਆ ਜਾਂਦਾ ਵਾ ਫਿਰ ਸਹਿਮਤੀ ਦੇ ਨਾਲ ਕੋਈ ਔਰਗੇਨਾਈਜੇਸ਼ਨ ਬਣਾਈ ਜਾਂਦੀ ਆ ਪਰ ਇੱਥੇ ਜੋ ਹੋਇਆ ਵਾ ਉੱਥੇ ਔਰਗੇਨਾਈਜੇਸ਼ਨ ਪਹਿਲੋਂ ਡਿਕਲੇਅਰ ਕਰ ਦਿੱਤੀ ਗਈ ਆ ਅਤੇ ਉਹਦਾ ਨਾ ਤਾਂ ਕੋਈ ਕੰਸਟੀਟਿਊਸ਼ਨ ਆ ਅਤੇ ਨਾ ਉਹਦਾ ਪਤਾ ਵਾ ਵੀ ਉਹਨੇ ਕੰਮ ਕੀ ਕਰਨਾ ਹੁਣ ਦੂਜੀ ਗੱਲ ਭਾਈ ਜੋਗਾ ਸਿੰਘ ਹੋਣਾਂ ਨੇ ਕਹੀ ਆ ਵੀ ਉਹਨਾਂ ਦੇ ਕੋਲ ਕੋਈ ਅਧਿਕਾਰ ਨਹੀਂ ਗਾ ਇਹਦੇ 'ਤੇ ਬਿਆਨ ਦੇਣ ਦਾ ਹੁਣ ਵਰਲਡ ਸਿੱਖ ਪਾਰਲੀਮੈਂਟ ਅਨਾਊਂਸ ਕਰਨ ਦਾ ਤਾਂ ਅਧਿਕਾਰ ਹੈਗਾ ਪਰ ਉਹਦੇ ਪ੍ਰਤੀ ਜਵਾਬ ਦੇਣ ਦਾ ਅਧਿਕਾਰ ਵੀ ਤਾਂ ਫਿਰ ਉਹਨਾਂ ਬੰਦਿਆਂ ਕੋਲ ਹੀ ਚਾਹੀਦਾ ਜਿਹੜੇ ਉਹ ਪਾਰਲੀਮੈਂਟ ਨੂੰ ਡਿਕਲੇਅਰ ਕਰਨ ਡੇ ਠੀਕ ਹੈ ਵਿਜੀਤ ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕਿਸੇ ਗੱਲ ਨੂੰ ਦੇਖਦਿਆਂ ਹੋਇਆਂ ਕਿਉਂਕਿ ਇਸ ਵਕਤ ਸਾਡੀ ਕੌਮ ਜਿਹੜੀ ਹੈ ਬੜੀ ਇੱਕ ਲੰਘ ਰਹੀ ਹੈ ਐਸੇ ਦੌਰ ਥਾਣੀ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਟ੍ਰੈਸਫੁੱਲ ਉਹ ਦੌਰ ਹੈ ਜਿੱਥੇ ਕਨਫਿਊਜ਼ਡ ਕਰ ਦਿੱਤਾ ਗਿਆ ਸਾਰੇ ਸਿੱਖ ਕੌਮ ਨੂੰ ਕਨਫਿਊਜ਼ਨ ਭਰੀ ਇੱਕ ਸਥਿਤੀ ਹੈ ਉਸ ਸਥਿਤੀ ਦੇ ਵਿੱਚ ਜਿੱਦਾਂ ਉਹਨਾਂ ਨੇ ਕਿਹਾ ਕਿ ਸਾਰੀਆਂ ਜਮਾਤਾਂ ਅਸਫਲ ਰਹੀਆਂ ਜਿਹੜਾ ਉਹਨਾਂ ਨੇ ਪ੍ਰੈਸ ਨੋਟ ਦਿੱਤਾ ਉਹਦੇ ਵਿੱਚ ਚਲੋ ਸਾਰੀਆਂ ਜਮਾਤਾਂ ਆ ਜਾਂਦੀਆਂ ਵਟਐਵਰ ਅਸਫਲਤਾ ਤੋਂ ਬਾਅਦ ਇੱਕ ਐਸੀ ਉਹਨਾਂ ਨੇ ਲੋੜ ਮਹਿਸੂਸ ਕੀਤੀ ਕਿ ਘੱਟੋ ਘੱਟ ਇੱਕ ਜਥੇਬੰਦੀ ਦਾ ਐਲਾਨ ਕਰ ਦਿੱਤਾ ਜਾਏ ਵਰਸਿਕ ਦਾ ਔਰ ਉਸ ਜੀ ਉਸ ਤੋਂ ਬਾਅਦ ਮੈਂ ਇੱਕ ਮਿੰਟ ਕੌਲ ਦੇ ਲਈ ਮੈਨੂੰ ਕਿਹਾ ਜਾ ਰਿਹਾ ਕਿ ਉਸ ਤੋਂ ਬਾਅਦ ਉਹਨਾਂ ਨੇ ਐਲਾਨ ਕਰਨ ਤੋਂ ਬਾਅਦ ਕਿਹਾ ਕਿ ਘੱਟੋ ਘੱਟ ਇੱਕ ਐਲਾਨ ਹੋ ਜਾਏ ਫਿਰ ਆਰਾਮ ਦੇ ਨਾਲ ਅਸੀਂ ਬੈਠ ਕੇ ਕੰਸਟੀਟਿਊਸ਼ਨ ਵੀ ਬਣਾ ਲਵਾਂਗੇ ਇਹਦਾ ਤੁਹਾਡੇ ਕੋਲ ਜਵਾਬ ਨਹੀਂ ਡਾਕਟਰ ਸਾਹਿਬ ਜਦੋਂ ਮੈਂ ਅਤੇ ਤੁਸੀਂ ਦੋਵੇਂ ਜਾਣੇ ਇੱਕ ਜਥੇਬੰਦੀ ਇੱਥੇ ਬਹਿ ਕੇ ਡਿਕਲੇਅਰ ਕਰ ਦਿੰਦੇ ਹਾਂ ਅਤੇ ਫਿਰ ਦੂਜਿਆਂ ਨੂੰ ਕਹਿੰਦੇ ਵੀ ਇਹਦੇ ਵਿੱਚ ਰਲੋ ਅਤੇ ਉਹਦੇ 'ਚ ਹਰਜ ਕੀ ਹੈ ਵਜੇ ਨਹੀਂ ਉਹਦੇ ਵਿੱਚ ਦੂਜਿਆਂ ਨੂੰ ਪਤਾ ਹੀ ਨਹੀਂ ਗਾ ਹੁਣ ਇਹ ਆਖਣ ਡੇ ਆਪਦੀ ਇਹਨਾਂ ਦੀ ਸਟੇਟਮੈਂਟ ਵਾ ਵੀ ਜਿੰਨੀਆਂ ਪਹਿਲੀਆਂ ਸਿੱਖ ਜਥੇਬੰਦੀਆਂ ਵਾ ਉਹ ਸਿੱਖ ਆਜ਼ਾਦੀ ਦੇ ਲੜਾਈ ਦੇ ਲਈ ਫੇਲ ਹੋ ਚੁੱਕੀਆਂ ਕੀ ਇਹਨਾਂ ਨੇ ਆਪਣੀਆਂ ਸਿੱਖ ਜਥੇਬੰਦੀਆਂ ਭੰਗ ਕਰਤੀਆਂ ਪਹਿਲੋਂ ਪਾਰਲੀਮੈਂਟ ਬਣਾਉਣ ਤੋਂ ਪਹਿਲੋਂ ਉਹ ਵੀ ਤਾਂ ਫੇਲ ਹੋਈਆਂ ਹੀ ਆ ਠੀਕ ਹੈ ਜਿਹੜੇ ਬੰਦੇ ਡਿਕਲੇਅਰ ਕਰਨ ਵਾਲੇ ਆ ਇਹਨੂੰ ਉਹ ਜਿਹੜੀਆਂ ਜਥੇਬੰਦੀਆਂ 'ਚ ਕੰਮ ਕਰ ਰਹੇ ਆ ਉਹ ਵੀ ਤਾਂ ਫਿਰ ਫੇਲ ਹੋਈਆਂ ਹੀ ਆ ਇਸੇ ਕਰਕੇ ਅਸੀਂ ਸੱਦਿਆ ਸੀਗਾ ਸਾਰਿਆਂ ਨੂੰ ਕਿ ਉਹ ਆ ਕੇ ਜੇ ਉਹ ਕਹਿੰਦੇ ਨੇ ਕਿ ਆਪਾਂ ਸਪਟੰਬਰ ਤੋਂ ਬਾਅਦ ਇਸ ਗੱਲ ਨੂੰ ਪ੍ਰਪੇਅਰ ਹੋ ਜਾਵਾਂਗੇ ਨਹੀਂ ਤੇ ਕੁਐਸਚਨ ਇਹ ਆ ਵੀ ਇਹ ਕੰਪੀਟੀਸ਼ਨ ਦੇ ਵਿੱਚ ਕਾਹਲੀ ਤਾਂ ਨਹੀਂ ਕੀਤੀ ਗਈ ਵੀ ਕਿਤੇ ਕੋਈ ਹੋਰ ਨਾ ਕਰ ਦੇਵੇ ਤੇ ਅਸੀਂ ਪਹਿਲੋਂ ਕਰ ਦਈਏ ਆਪਾਂ ਕਾਲਰਸ ਕੋਲ ਪੁੱਛ ਲੈਂਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕੀ ਕਹਿਣਾ ਚਾਹੋਗੇ ਬੜੀ ਤੁਸੀਂ ਚੰਗੀ ਇਹ ਵਿਚਾਰ ਰੱਖੀ ਹੈ ਸਭ ਤੋਂ ਪਹਿਲਾਂ ਤੇ ਮੈਂ ਇਹ ਦੱਸਾਂ ਕਿ ਜੋ ਇਹ ਹਾਲੇ ਉਹ ਜਿਸ ਤਰ੍ਹਾਂ ਕਹਿੰਦੇ ਨੇ ਹਾਲੇ ਉਹ ਬਰਾਤ ਆਈ ਨਹੀਂ ਤੇ ਲਾੜਾ ਪਹਿਲਾਂ ਹੀ ਤਿਆਰ ਕਰ ਲਓ ਮੈਂ ਇਹ ਕਿਸੇ ਨੂੰ ਕੰਡੈਮ ਨਹੀਂ ਕਰਦਾ ਲੋਕਾਂ ਨੂੰ ਇਹ ਗੱਲ ਜ਼ਰੂਰ ਮੈਂ ਪੁੱਛਣੀ ਚਾਹੁੰਦਾ ਕਿ ਤੁਸੀਂ ਹਾਲੇ ਗਰਾਊਂਡ ਕੋ ਤਿਆਰ ਕੀਤੀ ਨਹੀਂ ਇਹ 84 ਦੀ ਮੈਨੂੰ ਗੱਲ ਚੇਤੇ ਆਉਂਦੀ ਜਦੋਂ ਕਿ ਅੰਬੈਸਡਰ ਬਣਾ ਕੇ ਭੇਜ ਦਿੱਤੇ ਗਏ ਤਾਂ ਜਾਰੀ ਕਰ ਦਿੱਤੀਆਂ ਇਹ ਚੰਗੀ ਸੋਚ ਚੰਗੀ ਹੈ ਪਰ ਹਾਲੇ ਸਮਾਂ ਨਹੀਂ ਸ਼ਹੀਦਾਂ ਨੇ ਇਹਨਾਂ ਨੇ ਇਹਨਾਂ ਲੋਕਾਂ ਨੂੰ ਸਿੱਖ ਕੌਮ ਨੇ ਆਪਣੇ ਗਲੇ ਨਹੀਂ ਉਤਾਰਨਾ ਕਿਸੇ ਦੀ ਕੀਮਤ ਵਿੱਚ ਸਿੱਖ ਕੌਮ ਦੇ ਗਲੇ ਉੱਤਰ ਰਹੇ ਨੇ ਜਿਹਨਾਂ ਨੇ ਸ਼ਹੀਦੀਆਂ ਪਾਈਆਂ ਨੇ ਜਿਹਨਾਂ ਨੇ ਕੁਝ ਕੀਤਾ ਤੁਸੀਂ ਹੁਣ ਦੇਖ ਲਓ ਇਹੀ ਲੋਕ ਮੈਂ ਕੰਡੈਮ ਨਹੀਂ ਕਰਦਾ ਮੇਰਾ ਉਹਨਾਂ ਨਾਲ ਪਿਆਰ ਆ ਮੈਂ ਸਤਿਕਾਰ ਕਰਦਾ ਜੀ ਬਿਲਕੁਲ ਪਰ ਦੂਜੀ ਗੱਲ ਬਾਬਾ ਆਪਣੇ ਸੂਰਜ ਸਿੰਘ ਜੀ
ਕੌਮ ਇੱਕ ਬਹੁਤ ਖਤਰਨਾਕ ਦੌਰ ਵਿੱਚੋਂ ਗੁਜ਼ਰ ਰਹੀ ਹੈ। ਦੇਖੋ ਪਿੱਛੇ ਹੋ ਕੀ ਰਿਹਾ, ਅੱਜ ਕੀ ਹੋ ਰਿਹਾ। ਅਸੀਂ ਸਿਰਫ ਆਪਣੇ ਬੈਰੀ, ਮੈਂ ਤੇ ਫਿਰ ਇਹ ਗੱਲ ਕਰਾਂਗਾ, ਇਸ ਘਰ ਕੋ ਆਗ ਲੱਗੀ ਕਰਕੇ ਹੀ ਚਿਰਾਗ ਸੇ। ਪਾਰਲੀਮੈਂਟਾਂ ਬਣਾਓ, ਸਭ ਕੁਛ ਬਣਾਓ, ਇਹ ਨਾ ਹੋਵੇ ਕਿ ਮੈਂ ਜੀ ਕਰਨਾ ਖਾਲਣਾ ਸਾਹਿਬ ਉਹਦੇ ਹੋ ਜਾਣਗੇ, ਡਾਕਟਰ ਸਾਹਿਬ ਉਹਦੇ ਹੋ ਜਾਣਗੇ। ਕਿਰਪਾ ਕਰੋ, ਇਹ ਡਰਾਮੇਬਾਜ਼ੀ ਤੋਂ ਉੱਪਰ ਉੱਠੋ, ਕੌਮ ਲਈ ਕੁਛ ਕਰੋ। ਜੇ ਇਹ ਕਹਿ ਨਾ ਵੀ ਅਸੀਂ ਇਹ ਕਰਕੇ ਕੋਈ ਨੰਬਰ ਲੈ ਜਾਵਾਂਗੇ ਜਾਂ ਕੁਛ ਕਰ ਲਵਾਂਗੇ, ਇਹ ਇਹਨਾਂ ਨੂੰ ਕਬੂਤਰ ਦਾ ਅਗਲੀ ਮੱਖਾਂ ਦੇਖ ਕੇ ਮੀਟਣ ਵਾਲੀ ਗੱਲ ਆ, ਇਹ ਕੰਮ ਨੀ ਬਣਨਾ। ਇਹਨਾਂ ਨੇ ਕੋਈ ਕੰਮ ਕਰੋ, ਸਾਨੂੰ ਜਗਾਇਆ ਕੋਈ ਪਾਰਲੀਮੈਂਟ ਨੀ ਬਣਾਈ, ਕੁਛ ਨੀ ਬਣਾਈ। ਇਹ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੇ। ਸੋ ਮੈਂ ਕਿਸੇ ਨੂੰ ਕੋਈ ਕੰਡੈਮ ਨੀ ਕਰਦਾ, ਇਹ ਕੰਮ ਬਿਲਕੁਲ ਹੀ ਗ਼ਲਤ ਹੈ। ਤਰੀਕਾ ਹੁੰਦਾ ਹੁਣ ਸਿੱਖ ਕੌਮ ਜਿਹੜੀ ਆ ਉਹ ਇੰਨਾ ਸਫ਼ਰ ਕਰ ਚੁੱਕੀ ਆ 35-40 ਹੋ ਗਏ, ਇਹਦੇ ਵਿੱਚ ਅੱਗੇ ਕਿੰਨੀਆਂ ਸਰਕਾਰਾਂ ਇਸੇ ਕਾਹਲੀ ਦੇ ਨਾਲ ਬਣੀਆਂ, ਉਹਨਾਂ ਸਰਕਾਰਾਂ ਦੇ ਹਾਲੇ ਰਾਸ਼ਟਰਪਤੀ ਵੀ ਹੈਗੇ ਆ, ਉਹਨਾਂ ਦੇ ਪ੍ਰਧਾਨ ਮੰਤਰੀ ਵੀ ਹੈਗੇ ਆ। ਹੈਂ ਇਹ ਮੇਰੇ ਵੀਰ ਵੀ ਪਿਛਲੇ ਛੋਟੀ ਜਿਹੀ ਬ੍ਰੇਕ ਤੇ ਜਾਣਾ ਪੈਣਾ ਸੀ, ਇੱਥੋਂ ਆਪਾਂ ਸ਼ੁਰੂ ਕਰਾਂਗੇ, ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪਲੀਜ਼ ਅਪਡੇਟ ਰਹਿਣਾ ਜੀ ਸਾਡੇ ਨਾਲ, ਆਪ ਜੀ ਦੀ ਕਾਲਸ ਲਵਾਂਗਾ। ਥੈਂਕ ਯੂ। 106 ਦੇਸ਼ਾਂ ਵਿੱਚ ਦੇਖੇ ਜਾ ਰਹੇ ਅਕਾਲ ਚੈਨਲ ਦੇ ਕੋਲ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਲਾਈਵ ਜਾਂ ਡੀ ਲਾਈਵ ਕਰਨ ਦੀ ਪੂਰੀ ਟੈਕਨੋਲੋਜੀ ਮੌਜੂਦ ਹੈ। ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ। ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 07702748906 ਤੇ। ਤਾਂ ਇੱਕ ਵਾਰੀ ਫਿਰ ਆਪ ਜੀ ਦਾ, ਜਿਵੇਂ ਆਪ ਜਾਣਦੇ ਹੋ ਕਿ ਸਾਡੀ ਅੱਜ ਦੀ ਜਿਹੜੀ ਡਿਬੇਟ ਹੈ, ਮੁੱਦਾ ਹੈ ਜਾਂ ਇਸ ਦਾ ਜਿਹੜਾ ਵਿਸ਼ਾ ਹੈ ਉਹ ਹੈ ਵੋਟ ਸਿੱਖ ਪਾਰਲੀਮੈਂਟ। ਉਹਦੇ ਉੱਪਰ ਜੋਗਾ ਸਿੰਘ ਸਾਹਿਬ ਜੀ ਨੇ ਆਪਣੇ ਵੱਲੋਂ ਉਸ ਪਾਰਲੀਮੈਂਟ ਦੇ ਬਾਰੇ ਜਿਹੜੇ ਖਿਆਲ ਦੇ ਦਿੱਤੇ ਨੇ, ਉਸ ਦੇ ਬਾਬਤ ਇੱਕ ਫੋਨ ਕਾਲਸ ਵੀ ਆਏ ਸਨ। ਆਪਾਂ ਫਿਰ ਵਿਚਾਰ ਇਹੋ ਕਰਨੀ ਹੈ ਜੀ ਕਿ ਆਪਾਂ ਨਾ ਪੱਖਪਾਤੀ ਹੋਣਾ, ਨਾ ਕਿਸੇ ਦਾ ਪੱਖ ਪੂਰਨਾ, ਨਿਰਪੱਖ ਭਾਵਨਾ ਦੇ ਨਾਲ ਆਪਾਂ ਇਹ ਸੋਚਣਾ ਕਿ ਕਿਸੇ ਤਰੀਕੇ ਦੇ ਨਾਲ ਔਰ ਕਿਸ ਤਰੀਕੇ ਦੇ ਨਾਲ ਆਪਾਂ ਕੋਈ ਵੀ ਸਿੱਖਾਂ ਦੀ ਜਥੇਬੰਦੀ ਬਣਦੀ ਹੈ, ਕਿਉਂਕਿ ਅਮਰਜੀਤ ਸਿੰਘ ਖਾਲੜਾ ਸਾਹਿਬ ਨੇ ਜਿਹੜਾ ਸਭ ਤੋਂ ਪਹਿਲਾਂ ਪ੍ਰਸ਼ਨ, ਇੱਕ ਕਿਸਮ ਦਾ ਸਵਾਲ ਦਿੰਦੇ ਪ੍ਰਸ਼ਨ ਰੇਜ਼ ਕਰ ਦਿੱਤਾ ਸੀ ਕਿ ਇਹਦੇ ਨਾਲ ਤਿੰਨ ਚੀਜ਼ਾਂ ਜੁੜੀਆਂ ਨੇ ਜਿਹੜੀਆਂ ਕਿ ਵਾਕਈ ਸਾਨੂੰ ਇਸ ਗੱਲ ਦੇ ਲਈ ਸੋਚਣ 'ਤੇ ਮਜਬੂਰ ਕਰਨਗੀਆਂ ਹਰ ਸਿੱਖ ਨੂੰ, ਕਿਉਂਕਿ ਇੱਕ ਸਿੱਖ ਦਾ ਨਾਮ ਜੁੜਿਆ, ਇੱਕ ਪਾਰਲੀਮੈਂਟ ਦਾ ਨਾਮ ਜੁੜਿਆ, ਇੱਕ ਵੋਟ ਸੰਸਾਰ ਦੇ ਸਾਰੇ ਸਿੱਖਾਂ ਦਾ। ਇਸ ਕਰਕੇ ਇਸ ਵੋਟ ਸਿੱਖ ਪਾਰਲੀਮੈਂਟ ਦੇ ਵਿੱਚ ਸਾਨੂੰ ਬੜੇ ਸੁਚੇਤ ਅਵਸਥਾ ਦੇ ਵਿੱਚ ਹਰ ਪਾਸੋਂ ਇੱਕ ਧਿਆਨ ਧਾਰ ਕੇ, ਅਮਰਜੀਤ ਤੁਸੀਂ ਸਾਨੂੰ ਗੱਲ ਕਰ ਰਹੇ ਸੀਗੇ ਜਦੋਂ ਬ੍ਰੇਕ ਹੋਈ ਹੈ, ਤੁਸੀਂ ਆਪਣੀ ਉਸ ਕੋਲ। ਹਾਂਜੀ ਡਾਕਟਰ ਸਾਹਿਬ, ਮੈਂ ਇਹੋ ਗੱਲ ਕਰ ਰਿਹਾ ਹਾਂ ਵੀ ਇਹ ਜਿਹੜੀ ਚੀਜ਼ ਵਾ, ਜਿੱਦਾਂ ਅੱਗੇ ਵੀ ਕੋਈ ਜਲਾ ਵਤਨ ਸਰਕਾਰ ਬਣ ਗਈ ਜਾਂ ਵਰਲਡ ਸਿੱਖ, ਹਾਂਜੀ ਉਹ ਹਾਲੇ ਵੀ ਚੱਲ ਰਹੀਆਂ, ਫਿਰ ਇਹ ਪਾਰਲੀਮੈਂਟ ਵੀ ਇੱਕ ਹਿਸਾਬ ਦੀ ਸਰਕਾਰ ਹੀ ਆ, ਉਹਦੇ ਬਰਾਬਰ ਦੇ ਉੱਤੇ ਇੱਕ ਇਹ ਨਵੀਂ ਬਣਾ ਦਿੱਤੀ। ਫਿਰ ਹੁਣ ਸਰਬੱਤ ਖਾਲਸਾ ਵਾਲੇ ਆਉਂਦੇ ਆ ਵੀ ਪਾਰਲੀਮੈਂਟ ਬਣਾਉਣ ਦਾ ਅਧਿਕਾਰ ਜਿਹੜਾ ਵਾ ਉਹ ਸਾਡੇ ਕੋਲ ਹੀ ਆ, ਕੱਲ੍ਹ ਨੂੰ ਇੱਕ ਉਹ ਵੀ ਬਣਾਉਣਗੇ ਬਰਾਬਰ ਤੇ। ਅਤੇ ਫਿਰ ਕਿਹੜੀ ਚੀਜ਼ ਵਾ ਜਿਹੜੀ ਅਸੀਂ 30-35 ਸਾਲਾਂ ਦੇ ਵਿੱਚ ਅੱਗੇ ਜਥੇਬੰਦੀਆਂ ਦੇ ਵਿੱਚ ਕੰਮ ਕਰਕੇ ਹੱਲ ਨਹੀਂ ਕਰ ਸਕੇ, ਜਿਹੜਾ ਇਹਦੇ 'ਚ ਕਰਾਂਗੇ, ਕਿਉਂਕਿ ਅੱਗੇ ਇੱਥੇ ਸਾਰੀਆਂ ਜਥੇਬੰਦੀਆਂ ਦੀ ਏਕਤਾ ਜਾਂ FSO ਬਣੀ ਹੈ, ਫੈਡਰੇਸ਼ਨ ਆਫ ਸਿੱਖ ਔਰਗੇਨਾਈਜੇਸ਼ਨ, ਉਹ ਵੀ ਇੱਕ ਸਾਰੀਆਂ ਜਥੇਬੰਦੀਆਂ ਦੀ ਅੰਬਰੇਲਾ ਜਥੇਬੰਦੀ ਆ, ਅਤੇ ਜਾਂ ਤਾਂ ਉਹਦੇ ਵਿੱਚ ਅਸੀਂ ਐਡਮਿਟ ਕਰੀਏ ਜਾਂ ਤਾਂ ਨੋਟ ਕਰੀ ਜਾਈਏ। ਮੈਂ ਵੀ ਨੋਟ ਕਰ ਰਿਹਾ ਤਾਂ ਕਿ ਕੱਲ੍ਹ ਨੂੰ ਜਦੋਂ ਭਾਈ ਜੋਗਾ ਸਿੰਘ ਸਾਹਿਬ ਨੇ ਕਿਹਾ ਸੀ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਦੇ ਨਾਲ ਜਦੋਂ
ਪ੍ਰਪੇਅਰ ਹੋ ਜਾਵਾਂਗੇ ਇਸ ਲਈ। ਨਹੀਂ ਜਿਹੜੀ ਦੇਖੋ ਸਿੱਖਾਂ ਦੀ ਪਾਰਲੀਮੈਂਟ ਡਿਕਲੇਅਰ ਕਰਨੀ ਆ ਤੇ ਪ੍ਰਪੇਅਰ ਹੋਇਆ ਤੋਂ ਜੇ ਬਗੈਰ ਹੀ ਕੀਤੀ ਆ ਤੇ ਇਹਦਾ ਮਤਲਬ ਸਿੱਖ ਕੌਮ ਦੀ ਇਹ ਤੋਂ ਵੱਡੀ ਬਦਕਿਸਮਤੀ ਕੋਈ ਨਹੀਂ। ਨਹੀਂ ਇੱਕ ਜਥੇਬੰਦੀ ਹੈ, ਉਸ ਤੋਂ ਬਾਅਦ ਫਿਰ ਨਹੀਂ ਨਹੀਂ ਜਥੇਬੰਦੀ ਨਹੀਂ ਗੀ, ਇਹ ਪਾਰਲੀਮੈਂਟ ਆ। ਭਾਰਤ ਆਜ਼ਾਦ ਹੋਇਆ ਤੇ ਬਾਅਦ 47 ਚ ਆਜ਼ਾਦ ਹੋਇਆ ਤੇ 50 ਚ ਕੰਸਟੀਟਿਊਸ਼ਨ ਬਣਿਆ, 3 ਸਾਲ ਜਥੇਬੰਦੀ ਨਹੀਂ ਗੀ, ਇਹ ਪਾਰਲੀਮੈਂਟ ਆ। ਨਹੀਂ ਮੈਂ ਉਹੀ ਬੇਨਤੀ ਕਰ ਰਿਹਾ ਨੇ, ਭਾਰਤ ਆਜ਼ਾਦ ਹੋਇਆ ਪਾਰਲੀਮੈਂਟ ਬਣੀ, 47 ਚ ਆਜ਼ਾਦ ਹੋਇਆ, 50 ਚ ਉਹਨਾਂ ਦਾ ਕੰਸਟੀਟਿਊਸ਼ਨ ਲਾਗੂ ਹੋਇਆ ਜਾ ਕੇ ਫਿਰ ਭਾਰਤ ਵਾਲਿਆਂ ਤੋਂ ਲੈ ਲਈਏ ਆਪਾਂ ਉਹਨਾਂ ਦੇ ਨਾਲ ਅੱਗੇ ਹੈਗੇ। ਉਹ ਗੱਲ ਹੀ ਕਰ ਰਿਹਾ ਮੈਂ, ਕਹਿੰਦਾ ਕਿ ਕਿਸੇ ਤਰੀਕੇ ਨਾਲ ਆਪਾਂ ਪੋਜ਼ਿਟਿਵਿਟੀ, ਇੱਕ ਗੱਲ ਮੈਂ ਜਿਹੜੀ ਸ਼ਿੱਦਤ ਨਾਲ ਪੁੱਛਣਾ ਚਾਹੁੰਦਾ, ਇਹਦੇ ਵਿੱਚ ਕੋਈ ਨੈਗੇਟਿਵਿਟੀ ਨਾ ਲਵੇ, ਇਹ ਕੋਈ ਵਿਰੋਧ ਭਾਵਨਾ ਦੇ ਨਾਲ ਨਹੀਂ ਹੈ। ਔਰ ਇਸ ਗੱਲ ਦਾ ਜਦੋਂ ਕੱਲ੍ਹ ਨੂੰ ਆਪਾਂ ਉਹਨਾਂ ਗੁਰਸਿੱਖਾਂ ਨਾਲ ਬੈਠਾਂਗੇ, ਉਹਨਾਂ ਕੋਲ ਵੀ ਸਵਾਲ ਕਰਾਂਗੇ ਆਪਾਂ ਨੂੰ, ਤੁਸੀਂ ਆਪੇ ਹੀ ਕਿਹਾ ਵਰਡ ਸਿੱਖ ਪਾਰਲੀਮੈਂਟ, ਉਹਨਾਂ ਨੇ ਜੋਗਾ ਸਿੰਘ ਸਾਹਿਬ ਨੇ ਵੀ ਕਿਹਾ, ਸਿੱਖ ਕੀ ਹੈ? ਜਥੇਬੰਦੀ ਹੈ? ਨਹੀਂ, ਸਿੱਖ ਕੌਮ ਹੈ, ਸਿੱਖ ਕੌਮ ਦੇ ਤੌਰ ਤੇ ਤਾਂ ਅਸੀਂ ਮੰਨਦੇ ਹਾਂ। ਸਿੱਖ ਕੌਮ ਦਾ ਨਿਸ਼ਾਨਾ ਕੀ ਹੈ? ਸਿੱਖ ਕੌਮ ਦਾ ਨਿਸ਼ਾਨਾ ਮੈਂ ਜੋ ਮੇਰੇ ਖਿਆਲ ਦੇ ਵਿੱਚ ਵਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਚੱਲਣਾ। ਨਿਸ਼ਾਨਾ ਆਜ਼ਾਦ ਹੈ, ਖਾਲਿਸਤਾਨ ਹੈ, ਮੰਨਦੇ ਹੋ ਤੁਸੀਂ? ਵੇਖੋ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਚੱਲਣਾ ਤੇ ਉਹ ਨਿਸ਼ਾਨਾ ਸਾਨੂੰ ਆਜ਼ਾਦੀ ਦੀ ਹੈਸੀਅਤ ਜਿਹੜੀ ਆ ਉਹ ਆਪਣੇ ਆਪ ਹੀ ਦਵਾਉਂਦਾ ਵਾ। ਉਹ ਕੋਈ ਕਿਸੇ ਦੇ ਕਿਹਾ ਨਹੀਂ ਹੋਣਾ, ਜਿੰਨੇ ਸਿੱਖ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਚੱਲਣਾ। ਮੈਂ ਵੀ ਗੱਲ ਕਰਨਾ ਚਾਹੁੰਦਾ, ਹਾਂਜੀ, ਉਹ ਹੈ ਕਿ ਸਿੱਖ ਮੁਲਕ ਨਹੀਂ ਹੈ, ਖਾਲਿਸਤਾਨ ਮੁਲਕ ਹੈ ਤੇ ਪਾਰਲੀਮੈਂਟ ਮੁਲਕ ਦੀ ਹੁੰਦੀ ਹੈ। ਹਾਂਜੀ, ਉਹ ਤਾਂ ਫਿਰ ਹੁਣ ਇਹ ਜਵਾਬ ਦੇ ਸਕਦੇ ਆ ਉਹਦਾ ਵੀ, ਪਾਰਲੀਮੈਂਟ ਤਾਂ ਮੁਲਕ ਦੀ ਹੋਣੀ ਚਾਹੀਦੀ ਹੈ, ਖਾਲਿਸਤਾਨ ਦੀ ਪਾਰਲੀਮੈਂਟ ਹੋਣੀ ਚਾਹੀਦੀ ਹੈ। ਮਤਲਬ ਸਿੱਖ ਮਤਲਬ ਇਸ ਮੱਦੇ ਨਜ਼ਰ ਅਸੀਂ ਗੱਲ ਕਰਦੇ ਵੀ ਕੱਲ੍ਹ ਨੂੰ ਆਉਣ ਵਾਲੇ ਵਕਤ ਦੇ ਵਿੱਚ ਉਹ ਹਾਲੇ ਤਾਂ ਕੁਛ ਵੀ ਨਹੀਂ ਹੋਇਆ, ਹਾਲੇ ਤਾਂ ਕਾਫੀ ਕੁਛ ਸੁਧਾਰ ਹੋ ਸਕਦਾ। ਹਾਂਜੀ, ਉਸ ਪੱਖੋਂ ਮੈਂ ਅਗਲੇ ਪ੍ਰਸ਼ਨ ਨਹੀਂ, ਉਹ ਸਿੱਖਾਂ ਦੀ ਪਾਰਲੀਮੈਂਟ ਤਾਂ ਉਹ ਹੀ ਹੋ ਸਕਦੀ ਆ ਨਾ, ਵੀ ਜਿਹੜੇ ਦੂਜੇ ਸਿੱਖ ਮਸਲੇ ਆ, ਜਿੱਦਾਂ ਕੋਈ ਧਾਰਮਿਕ ਮਸਲੇ ਆ, ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦਾ ਮਸਲਾ ਵਾ, ਜਾਂ ਜਿਹੜੇ ਸਾਡੇ ਵਿੱਚ ਝਗੜੇ ਪੈਂਦੇ ਆ, ਮਰਿਆਦਾ ਦੇ ਝਗੜੇ ਪੈਂਦੇ ਆ, ਜਾਂ ਹੋਰ ਕੋਈ ਸਾਡੇ ਧਰਮ ਦੇ ਉੱਤੇ ਅਟੈਕ ਕਰਦੇ ਆ, ਉਹਨਾਂ ਚੀਜ਼ਾਂ ਦਾ ਹੱਲ ਲੱਭਣ ਦੇ ਲਈ ਜਾਂ ਉਹਦਾ ਟਾਕਰਾ ਕਰਨ ਦੇ ਲਈ ਤਾਂ ਉਹਨੂੰ ਅਸੀਂ ਸਿੱਖ ਪਾਰਲੀਮੈਂਟ ਕਹਿ ਸਕਦੇ ਹਾਂ, ਕਹਿ ਸਕਦੇ ਹਾਂ। ਪਰ ਜਿੱਥੇ ਖਾਲਿਸਤਾਨ ਦੇਸ਼ ਦੀ ਗੱਲ ਆਉਂਦੀ ਆ, ਉੱਥੇ ਤਾਂ ਫਿਰ ਉਹਦਾ ਨਾਂ ਖਾਲਿਸਤਾਨ ਪਾਰਲੀਮੈਂਟ ਹੀ ਚਾਹੀਦਾ, ਜਾਂ ਅੱਗੇ ਜਿੱਦਾਂ ਇਹਨਾਂ ਨੇ ਸਰਕਾਰਾਂ ਬਣਾਈਆਂ ਵਾ ਤੇ ਹੁਣ 300 ਪਾਰਲੀਮੈਂਟ ਮੈਂਬਰ ਲੈ ਰਹੇ ਆ, ਰਾਸ਼ਟਰਪਤੀ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਕੋਲ ਪਹਿਲਾਂ ਹੀ ਹੈਗੇ ਆ ਤੇ ਉਹਨਾਂ ਦੇ ਥੱਲੇ ਹੀ ਮੈਂ ਆਉਂਦਾ ਕੰਮ ਕੀਤਾ ਜਾਂਦਾ ਤੇ ਸਭ ਤੋਂ ਵਧੀਆ ਹੈਗਾ। ਕਿਉਂਕਿ ਚਲੋ ਇਹ ਤਾਂ ਇੱਕ ਮਤਲਬ ਕਿ ਦੇਸ਼ ਦੀ ਗੱਲ ਹੋਈ ਖਾਲਿਸਤਾਨ ਦੀ, ਇੱਕ ਮੈਂ ਮੇਰੇ ਪਾਸ ਇੱਕ ਬੜਾ ਗੰਭੀਰ ਕੁਐਸਚਨ ਹੈ, ਮੈਂ ਇਸ ਤੋਂ ਬਾਅਦ ਕਰਦਾ ਇੱਕ ਕਾਲ ਲੈ ਲਵਾਂ ਮੈਂ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਜੀ ਫਤਿਹ। ਕੌਣ ਬੋਲਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦਾਸ ਮੰਤਰੀ ਸਿੰਘ ਬੋਲ ਰਿਹਾ ਜੀ, ਜਿਸ ਵਿਸ਼ੇ ਤੇ ਵਰਲਡ ਸਿੱਖ ਪਾਰਲੀਮੈਂਟ ਤੇ ਤੁਸੀਂ ਗੱਲ ਕਰ ਰਹੇ, ਬਹੁਤ ਵਧੀਆ ਗੱਲ ਹੈ ਜੀ, ਤੁਸੀਂ ਇਸ ਨੂੰ ਟੀਵੀ ਤੇ ਲੈ ਕੇ ਆਉਂਦਾ ਮੁੱਦੇ ਨੂੰ ਜੀ। ਉਸ ਦੀ 15 ਮੈਂਬਰੀ ਜਿਹੜੀ ਕੋਆਰਡੀਨੇਸ਼ਨ ਕਮੇਟੀ ਹੈ ਉਹਦੇ ਵਿੱਚ ਦਾਸ ਵੀ ਮੈਂਬਰ ਹੈ। ਸਵਾਗਤ ਹੈ ਆਪ ਜੀ ਦਾ। ਹਾਂਜੀ, ਸੋ ਆਪ ਜੀ ਬਹੁਤ ਵਧੀਆ ਜੀ ਇਹਦੇ ਤੇ ਡਿਸਕਸ਼ਨ ਕਰ ਰਹੇ ਹੋ, ਕੁਛ ਇੱਕ ਪੱਖ ਮੈਂ ਜ਼ਰੂਰ ਕਲੀਅਰ ਕਰਨਾ ਚਾਹਾਂਗਾ ਜੇ ਆਪ ਜੀ ਕੋਈ ਸਵਾਲ ਜਵਾਬ ਵੀ ਹੋਣ ਅਸੀਂ ਖੁੱਲ ਕੇ ਡਿਸਕਸ ਕਰ ਸਕਦੇ ਹਾਂ। ਮੈਂ ਹੋਏ ਹੋਣੇ ਆ, ਇਹ ਤਾਂ ਬੜੀ ਵਧੀਆ ਗੱਲ ਹੋ ਗਈ ਤੁਸੀਂ ਫੋਨ ਤੇ ਆ ਗਏ ਜੀ। ਜੀ ਕੋਈ ਗੱਲ ਨਹੀਂ ਜੀ, ਧੰਨਵਾਦ ਜੀ। ਜੀ ਮੈਂ ਹੁਣੇ ਸੀ ਕੀਤਾ ਸੀਗਾ ਤੇ ਮੈਨੂੰ ਸਗੋਂ ਇੱਕ ਦੋ ਫੋਨ ਵੀ ਆਏ ਕਹਿੰਦੇ ਵੀ ਥੋੜਾ ਜਿਹਾ ਸ਼ੋਅ ਜਿਹੜਾ ਹੈ ਉਹ ਕਾਫੀ ਮਤਲਬ ਏਦਾਂ ਕਲੀਅਰ ਨਹੀਂ ਹੋ ਪਾ ਰਹੀਆਂ ਕੁਛ ਗੱਲਾਂ, ਸੋ ਫੋਨ ਕਰਕੇ ਕਲੀਅਰ ਕਰੋ। ਬਿਲਕੁਲ ਕਰੋ। ਮੈਂ ਜ਼ਰੂਰ ਥੋੜੀ ਜਿਹੀ ਡਿਸਕਸ਼ਨ ਜਿਹੜੀ ਮੈਂ ਲਾਸਟ 5 ਮਿੰਟ 'ਚ ਕੈਚ ਕੀਤੀ ਉਹਦੇ 'ਚ ਇੱਦਾਂ ਲੱਗ ਰਿਹਾ ਸੀ ਵੀ ਗੱਲ ਇਸ ਗੱਲ 'ਤੇ ਵਿਵਾਦ ਹੈ ਵੀ ਪਾਰਲੀਮੈਂਟ ਇੱਕ ਦੇਸ਼ ਨਹੀਂ ਹੁੰਦੀ ਹੈ। ਮੈਂ ਇੱਥੇ ਗੱਲ ਕਰਨਾ ਵੀ ਕਿਉਂਕਿ ਅਸੀਂ ਇਸ ਟੀਮ ਤੋਂ ਬਿਲੋਂਗ ਕਰਦੇ ਹਾਂ ਤੇ ਪਿਛਲੇ 2-3 ਸਾਲ ਤੋਂ ਇਸ ਚੀਜ਼ ਦੀ ਬੜੀ ਵੱਡੀ ਡਿਮਾਂਡ ਸੀਗੀ। ਇਹਦੀ ਡਿਮਾਂਡ ਬਹੁਤ ਕਦਰ ਇਸ ਕਰਕੇ ਹੁੰਦੀ ਕਿ ਜਿਹੜੀ ਸਿੱਖਾਂ ਨੂੰ ਡਿਫਾਈਨ ਕਰਨ ਵਾਲੀ ਮਿੰਨੀ ਪਾਰਲੀਮੈਂਟ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹਾ ਜਾਂਦਾ ਹੈ ਉਹ ਬੁਰੀ ਤਰ੍ਹਾਂ ਸਿੱਖਾਂ ਦੇ ਮਸਲਿਆਂ ਨੂੰ ਐਡਰੈਸ ਕਰਨ 'ਚ ਫੇਲ ਹੋਈ। ਉਹਦੇ 2 ਕਾਰਨ ਨੇ। ਇੱਕ ਤੇ ਜੀਓਗ੍ਰਾਫਿਕਲੀ ਜਿਹੜਾ ਸਿੱਖ ਹੈ ਉਹ ਕੇਵਲ ਹੁਣ ਪੰਜਾਬ ਦੀ ਧਰਤੀ 'ਤੇ ਨਹੀਂ ਵੱਸਦਾ। ਸਿੱਖ ਡਾਇਸਪੋਰਾ ਕਰੀਬਨ ਪੋਪੂਲੇਸ਼ਨ ਵਾਈਜ਼ ਵੀ ਜੇ ਅਸੀਂ ਵੇਖੀਏ ਤੇ 25% ਸਿੱਖ ਜਿਹੜਾ ਉਹ ਹੁਣ ਪੰਜਾਬ ਤੋਂ ਬਾਹਰ ਵੱਸਦਾ। ਠੀਕ ਹੈ। ਕੋਈ ਵੀ ਭਾਰਤ ਦੇ ਵਿੱਚ ਬੈਠੇ ਲੋਕ ਜੇ ਕਹਿਣ ਵੀ ਅਸੀਂ ਪੂਰਨ ਤੌਰ ਤੇ ਸਿੱਖਾਂ ਨੂੰ ਰੀਪ੍ਰੈਜੈਂਟ ਕਰਦੇ ਹਾਂ ਤੇ SGPC ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਉਹ ਹਰ ਗੱਲੋਂ ਇਨਕਰੈਕਟ ਕੀਤਾ ਜਾਏਗਾ। ਇਸ ਕਰਕੇ ਪਿਛਲੇ ਕਈ ਸਾਲਾਂ ਤੋਂ ਖਾਸ ਕਰਕੇ ਜਦੋਂ ਸਾਡੇ ਤਖ਼ਤਾਂ ਤੇ ਬੈਠੇ ਜਥੇਦਾਰਾਂ ਨੇ ਗਲਤ ਫੈਸਲੇ ਸੁਣਾਏ ਉਸ ਤੋਂ ਬਾਅਦ ਸਰਬੱਤ ਖਾਲਸਾ ਵੀ ਹੋਇਆ। ਇੱਕ ਬੜੀ ਵੱਡੀ ਡਿਮਾਂਡ ਸੀ ਵੀ ਵਿਦੇਸ਼ੀ ਸਿੱਖਾਂ ਨੂੰ ਇਕੱਠਾ ਕਰਨ ਦੀ ਇੱਕ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਵੇ।
ਮੈਂ ਇੱਕ ਗੱਲ ਹੋਰ ਤੁਹਾਡੇ ਟੀਵੀ ਦੇ ਮਾਧਿਅਮ ਤੋਂ ਕਲੀਅਰ ਕਰ ਦੇਵਾਂ, ਬਈ ਅਸੀਂ ਕੋਈ ਇਹ ਨੀ ਵੀ ਅਸੀਂ ਜਿਹੜੇ 15 ਬੰਦੇ ਬੈਠੇ ਇਹਨਾਂ ਨੇ ਕੋਈ ਆਪ ਉਧਰਤਾ ਕਰਕੇ ਤੇ ਕਹਿ ਦਿੱਤਾ ਹੋਇਆ ਵੀ ਅਸੀਂ ਪਾਰਲੀਮੈਂਟ ਬਣਾ ਦਿੱਤੀ ਹੈ, ਬਿਲਕੁਲ ਨਹੀਂ। ਇਹ 15 ਲੋਕ ਸਿਰਫ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਨੇ ਜਿਹਨਾਂ ਦਾ ਕੰਮ ਹੈ ਸਿੱਖਾਂ ਨੂੰ, ਸਾਰੇ ਸਿੱਖਾਂ ਨੂੰ ਅਪਰੋਚ ਕਰਨਾ, ਬਾਹਰ ਬੈਠੇ ਇੰਡੀਆ ਬੈਠੇ, ਉਹਦੀ ਵੰਡ ਵੀ ਅਸੀਂ ਇਸੇ ਤਰੀਕੇ ਨਾਲ ਕੀਤੀ ਹੈ ਵੀ 150 ਬੰਦਾ ਇੰਡੀਆ ਤੋਂ ਹੋਏਗਾ, 150 ਬਾਹਰੋਂ ਹੋਏਗਾ, ਤੇ ਉਹ ਆਪਣੇ ਬਹਿ ਕੇ ਸਿੱਖ ਮਸਲੇ ਵਿਚਾਰਨਗੇ। ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਪਾਰਲੀਮੈਂਟ ਦੇਸ਼ ਦੀ ਹੁੰਦੀ ਹੈ, ਦੇਖੋ ਸਿੱਖ ਇੱਕ ਆਜ਼ਾਦ ਹਸਤੀ ਹੈ, ਹਮੇਸ਼ਾ ਆਜ਼ਾਦ ਰਿਹਾ, ਹਮੇਸ਼ਾ ਆਜ਼ਾਦ ਰਹੇਗਾ, ਤੇ ਗੁਰੂ ਕਿਰਪਾ ਕਰੇਗਾ ਇੱਕ ਦਿਨ ਸਾਡਾ ਆਪਣਾ ਮੁਲਕ ਵੀ ਹੋਏਗਾ। ਪਰ ਉਸ ਮੁਲਕ ਨੂੰ ਬਣਾਉਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ, ਸਾਰੇ ਸਿੱਖਾਂ ਨੂੰ ਸੋਚਣਾ ਪੈਣਾ ਵੀ ਅਸੀਂ ਇੱਕ ਮੁਲਕ ਦੀ ਤਰ੍ਹਾਂ ਐਕਟ ਕਰਨਾ ਸ਼ੁਰੂ ਕਰੀਏ ਤਾਂ ਕਿ ਇੱਕ ਮੁਲਕ ਬਣਾ ਸਕੀਏ। ਇਹ ਇੱਕ ਮੇਨ ਮੰਸ਼ਾ ਸੀਗੀ ਵਰਲਡ ਸਿੱਖ ਪਾਰਲੀਮੈਂਟ ਨੂੰ ਬਣਾਉਣ ਬਾਰੇ। ਸੋ ਮੈਂ ਇਹ ਤੇ ਐਡ ਕਰ ਰਿਹਾ ਜੋ ਤੁਸੀਂ ਇਸ਼ੂ ਕਰ ਰਹੇ ਸੀ। ਜੇ ਤੁਸੀਂ ਕੋਈ ਵੀ ਸਵਾਲ ਪੁੱਛਣਾ ਚਾਹੋ। ਠੀਕ ਹੈ ਅਮਜੀਤ, ਤੁਸੀਂ ਕੋਈ ਸਵਾਲ ਕਰਨਾ? ਨਹੀਂ, ਮਾਨਪ੍ਰੀਤ ਸਿੰਘ ਜੀ, ਤੁਸੀਂ ਕਿਹਾ ਵਾ ਵੀ ਇੱਕ ਮੁਲਕ ਦੇ ਤੌਰ 'ਤੇ ਐਕਟ ਕਰਨਾ ਸ਼ੁਰੂ ਕਰੀਏ। ਮੈਂ ਕਹਿੰਦਾ ਵੀ ਆਪਾਂ ਕਿਉਂ ਨਾ ਇੱਕ ਸਿੱਖ ਦੇ ਤੌਰ 'ਤੇ ਐਕਟ ਕਰਨਾ ਸ਼ੁਰੂ ਕਰੀਏ। ਹੁਣ ਤੁਸੀਂ ਕਹਿੰਦੇ ਜੇ ਵੀ ਇਹ ਇੱਕ 15 ਮੈਂਬਰੀ ਕੋਆਰਡੀਨੇਟਰ ਕਮੇਟੀ ਆ, ਤੁਸੀਂ ਇਹਦੇ ਵਿੱਚ ਡਿਕਲੇਅਰ ਕਰਨ ਡੇ ਜੇ ਆਪਦੀ ਪ੍ਰੈਸ ਨਿਊਜ਼ ਦੇ ਵਿੱਚ ਵੀ ਵਰਲਡ ਸਿੱਖ ਪਾਰਲੀਮੈਂਟ 13 ਅਗਸਤ ਤੋਂ ਆਪਣਾ ਕੰਮ ਕਰਨਾ ਸ਼ੁਰੂ ਕਰ ਦੂਗੀ। ਹਾਂਜੀ, ਦੋ ਦੋ ਚੀਜ਼ਾਂ ਨਹੀਂ ਚੱਲਣੀਆਂ ਮਨਪ੍ਰੀਤ ਸਿੰਘ ਜੀ, ਸਿੱਖ ਕੌਮ ਨੂੰ ਇਹਨਾਂ ਚੀਜ਼ਾਂ ਦਾ ਜਵਾਬ ਦੇਣਾ ਪੈਣਾ। ਦੂਜੀ, ਹਾਂਜੀ, ਦੂਜੀ ਇਹ ਨਹੀਂ ਵੀ ਅੰਦਰ ਬਹਿ ਕੇ ਤੁਸੀਂ ਹੋਰ ਕਰੋ, ਮੁੜ ਕੇ ਸਟੇਟਮੈਂਟ ਹੋਰ ਦਿਓ। ਨਹੀਂ ਨਹੀਂ ਖਲੜਾ ਸਾਹਿਬ, ਮੈਂ ਇੱਕ ਗੱਲ ਕਲੀਅਰ ਕਰਦਾ ਜ਼ਰੂਰ, ਬਿਲਕੁਲ ਤੁਹਾਡੀ ਐਜ਼ ਅ ਸਿੱਖ ਤੁਹਾਡੀ ਜਿਹੜੀ ਸੁਚੇਤਨਾ, ਤੁਹਾਡੀ ਜਿਹੜੀ ਚੇਤਨਾ, ਤੁਹਾਡੀ ਜਿਹੜੀ ਸੁਹਿਰਦਤਾ ਹੈ, ਇਹ ਬਹੁਤ ਕਾਸ਼ ਮੈਂ ਸਮਝਦਾ ਵੀ ਇਹ ਹਰ ਸਿੱਖ 'ਚ ਹੁੰਦੀ। ਜਿਹੜੀ ਤੁਸੀਂ ਗੱਲ ਇਹ ਕਹਿ ਰਹੇ ਬਈ ਅਸੀਂ ਬਿਲਕੁਲ ਵੀ ਇਹ 15 ਬੰਦੇ ਕਿਸੇ ਦੇ ਥੋਪੇ ਨਹੀਂ ਗਏ। ਜਦੋਂ ਇਹ ਗੱਲ ਬਿਆਨ ਦੇ ਵਿੱਚ ਕਲੀਅਰ ਕੀਤੀ ਗਈ ਹੈ ਕਿ 150 ਬੰਦਾ ਬਾਹਰੋਂ, 150 ਬੰਦਾ ਪੰਜਾਬ ਸਰਵਣੀ ਤੋਂ ਜਦੋਂ ਸਿਲੈਕਟ ਹੋ ਜਾਂਦਾ ਹੈ, ਇਹ 15 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਉੱਥੇ ਡਿਲਿਊਟ ਹੋ ਜਾਂਦੀ ਹੈ, ਔਰ ਉਸ ਤੋਂ ਬਾਅਦ ਇਹਦਾ ਕੋਈ ਵਿਊਜ ਨਹੀਂ ਰਹਿ ਜਾਂਦਾ, ਇਹਦੀ ਕੋਈ ਹੋਂਦ ਨਹੀਂ ਰਹਿ ਜਾਂਦੀ। ਉਸ ਤੋਂ ਬਾਅਦ 300 ਬੰਦੇ ਰਲ ਮਿਲ ਕੇ ਕੌਮ 'ਤੇ ਜੋ ਫੈਸਲਾ ਕਰਨਗੇ ਸੋ ਕਰਨਗੇ। ਤਾਂਹੀਓ ਤੁਹਾਡੇ ਕੋਲ 75 ਬੰਦਿਆਂ ਦੇ ਨਾਂ ਆ ਵੀ ਗਏ ਆ ਕਿਸੇ ਸਿੱਖ ਕੌਮ ਦੇ ਹੋਰ ਧਿਰ ਦੇ ਨਾਲ, ਜਿਹੜਾ ਵਾ ਇਹਨੂੰ ਡਿਸਕਸ ਕਰਨ ਤੋਂ ਬਗੈਰ 75 ਬੰਦੇ ਤੁਹਾਡੀ ਸਟੇਟਮੈਂਟ ਕਹਿੰਦੀ ਆ ਵੀ ਸਾਡੇ ਕੋਲ ਪਾਰਲੀਮੈਂਟ ਮੈਂਬਰ ਆ ਵੀ ਗਏ ਆ। ਤੁਹਾਡੀ ਸਟੇਟਮੈਂਟ ਕਹਿਣ ਡਈ ਆ ਵੀ ਇਹ ਪਾਰਲੀਮੈਂਟ 13 ਅਗਸਤ ਤੋਂ, ਜਦੋਂ ਇੰਡੀਆ 15 ਅਗਸਤ ਆਪਦਾ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਹੋਊ, ਪਾਕਿਸਤਾਨ 14 ਅਗਸਤ ਮਨਾ ਰਿਹਾ ਹੋਊ, ਅਤੇ ਸਿੱਖ ਪਾਰਲੀਮੈਂਟ 13 ਅਗਸਤ ਨੂੰ ਆਪਣਾ ਕੰਮ ਕਰਨਾ ਸ਼ੁਰੂ ਕਰ ਦੂਗੀ। ਬਿਲਕੁਲ, ਅਸੀਂ ਇਹ ਜਿਹੜੀ ਗੱਲ ਕਹੀ ਹੈ, ਤੇ ਦੂਜੇ ਪਾਸੇ ਤੁਸੀਂ ਕਹਿੰਦੇ ਜੇ ਵੀ ਇਹ ਹਾਲੇ ਕੋਈ ਡਿਕਲੇਅਰ ਨਹੀਂ ਗਈ ਹੋਈ, ਸਾਨੂੰ ਮੈਂਬਰ ਨਹੀਂ ਗਏ ਹਾਲੇ ਮਿਲੇ। ਦੇਖੋ, ਮੈਂ ਗੱਲ ਤੇ ਥੋੜਾ ਜਿਹਾ ਹੋਰ ਕਲੀਅਰ ਕਰਦਾ। ਅਸੀਂ ਇਹ ਕਿਹਾ ਸੀਗਾ ਵੀ 13 ਅਗਸਤ ਤੋਂ ਵਰਲਡ ਸਿੱਖ ਪਾਰਲੀਮੈਂਟ, ਅਸੀਂ ਕਿਹਾ ਸੀ ਵੀ ਇਹਦੇ ਤੇ ਕੰਮ ਹੋਣਾ ਸ਼ੁਰੂ ਹੋ ਜਾਏਗਾ। ਇਹ ਕੰਮ ਕਰਨਾ ਕਿਵੇਂ ਸ਼ੁਰੂ ਕਰ ਸਕਦੀ ਹੈ? ਤਾਂ ਤੁਸੀਂ ਇੱਕ ਬੜੇ, ਤੁਸੀਂ ਨਾ ਆਪ SCPC ਖਾਲੜਾ ਸਾਹਿਬ ਰਹੇ ਹੋ ਔਰ ਤੁਸੀਂ ਸਾਰੇ ਮੁਲਕਾਂ ਦੇ ਕਾਨੂੰਨ ਤੋਂ ਵੀ ਵਾਕਫ ਹੋ। ਪਾਰਲੀਮੈਂਟ ਦੇ ਵਿੱਚ ਜਦ ਤੱਕ ਸਪੈਸ਼ਲ ਸੈਸ਼ਨ ਨਹੀਂ ਹੁੰਦਾ, ਸਾਡੇ ਕੋਲ ਐਪਲੀਕੇਸ਼ਨ ਆਈਆਂ, ਅਸੀਂ ਇਹੀ ਗੱਲ ਕੀਤੀ ਹੈ ਵੀ 75 ਐਪਲੀਕੇਸ਼ਨ ਸਾਡੇ ਕੋਲ ਆਈਆਂ ਨੇ। ਹੁਣ ਅਸੀਂ, ਕਿਉਂਕਿ ਹੁਣ ਇਹਦੇ ਜਿਹੜੇ 15 ਕੋਆਰਡੀਨੇਟਰ ਨਿਯੁਕਤ ਕੀਤੇ ਗਏ ਨੇ, ਭਾਰਤ 'ਚੋਂ ਕੋਈ ਕੋਆਰਡੀਨੇਟਰ ਨਿਯੁਕਤ ਨਹੀਂ ਕੀਤਾ ਗਿਆ, ਬਾਹਰ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ। ਹੁਣ ਇਹ ਜਿਹੜੇ ਕੋਆਰਡੀਨੇਟਰ ਨੇ, ਇਹ ਇਹਨਾਂ ਦਾ ਫਰਜ਼ ਹੈ ਵੀ ਇਹ ਹੋਰ ਵੀ ਐਪਲੀਕੇਸ਼ਨਾਂ ਲੈਣ, ਬਾਕੀ ਜਥੇਬੰਦੀਆਂ ਬੁੱਧੀਜੀਵੀਆਂ ਸਾਰਿਆਂ ਦੇ ਨਾਲ ਡਿਸਕਸ਼ਨ ਕਰਨ, ਸਾਰਿਆਂ ਨਾਲ ਗੱਲਬਾਤ ਕਰਨ, ਸਾਰਿਆਂ ਨੂੰ ਇੱਕ ਕਲਾਵੇ 'ਚ ਲੈਣ, ਔਰ ਫਿਰ ਹੀ ਮੈਂਬਰ ਡਿਕਲੇਅਰ ਹੋਣਗੇ। ਮੈਂ ਇੱਕ ਗੱਲ ਹੋਰ ਕਹਿ ਦਵਾਂ,
ਵੀ ਜਿਹੜੇ ਮੇਰੇ ਸ਼ਬਦ ਨੇ ਮੈਂ ਐਜ਼ ਅ ਕੋਆਰਡੀਨੇਟਰ ਇਹਦੀ ਇੰਡੀਵਿਜੁਅਲ ਕਪੈਸਿਟੀ 'ਚ ਬੋਲ ਰਿਹਾ, ਮੈਂ ਇੱਥੇ ਪਾਰਲੀਮੈਂਟ ਨੂੰ ਰੀਪ੍ਰੈਜ਼ੈਂਟ ਕਰਨ ਦਾ ਕੋਈ ਹੱਕ ਨਹੀਂ ਰੱਖਦਾ ਇਸ ਮੈਂਬਰ, ਮੈਂਬਰਾਂ ਨੂੰ ਸਿਲੈਕਟ ਕਰਨਾ ਔਰ ਮੈਂਬਰਾਂ ਨੂੰ ਇੱਕ ਲੜੀ ਦੇ ਵਿੱਚ ਪਰੋ ਕੇ ਤੇ ਉਹਨੂੰ ਡੈਕਲਰੇਸ਼ਨ ਕਰਨਾ। ਜਿਹੜਾ ਤੁਸੀਂ ਦੂਸਰਾ ਸਵਾਲ ਪੁੱਛਿਆ ਬਈ 75 ਮੈਂਬਰ ਉਹ ਜਥੇਬੰਦੀਆਂ ਤੋਂ ਅਸਤੀਫਾ ਦੇਣਗੇ ਕਿ ਨਹੀਂ ਦੇਣਗੇ? ਨਹੀਂ ਨਹੀਂ, ਮੈਂ 15 ਤੁਹਾਡੀ 15 ਦੀ ਗੱਲ ਕੀਤੀ, ਉਹਨਾਂ 75 ਦੀ ਨਹੀਂ ਕੀਤੀ, 15 ਦੀ ਗੱਲ ਕੀਤੀ ਮੈਂ, ਕਿਉਂਕਿ ਕੋਆਰਡੀਨੇਸ਼ਨ ਕਮੇਟੀ ਤਾਂ ਨਿਊਟਰਲ ਹੋਣੀ ਚਾਹੀਦੀ ਹੈ ਨਾ। ਦੇਖੋ ਮੈਂ ਤੁਹਾਨੂੰ ਦੱਸਣਾ ਇਹਦੇ ਬਾਰੇ ਵੀ ਅਸੀਂ ਗੱਲ ਕਲੀਅਰ ਕਰਦੇ ਹਾਂ ਕਿ ਦੇਖੋ ਅੱਜ ਤੱਕ ਸਾਰੇ ਆਪਣੀਆਂ ਆਪਣੀਆਂ ਜਥੇਬੰਦੀਆਂ ਦੇ ਵਿੱਚ ਕੰਮ ਕਰ ਰਹੇ ਸੀ ਔਰ ਦੇਖਿਆ ਜਾਵੇ ਤਾਂ ਕਈ ਜਥੇਬੰਦੀਆਂ ਆਪੋ ਆਪਣੇ ਖੇਤਰ 'ਚ ਕੰਮ ਕਰ ਰਹੀਆਂ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਜੇ ਅਸੀਂ ਗੱਲ ਕਰੀਏ, ਕੋਈ ਸਿੱਖੀ ਦਾ ਪ੍ਰਚਾਰ ਕਰ ਰਿਹਾ, ਕੋਈ ਤੁਸੀਂ ਦੇਖੋ ਤੇ ਪ੍ਰਿਜ਼ਨਰ ਦੇ ਵੈਲਫੇਅਰ ਲਈ ਕੰਮ ਕਰ ਰਿਹਾ, ਕੋਈ ਜਿਹੜਾ ਉਹ ਇੰਟਰਨੈਸ਼ਨਲ ਲੋਬਿੰਗ ਕਰ ਰਿਹਾ, ਕੋਈ ਹਿਊਮਨ ਰਾਈਟ ਵਾਇਲੇਸ਼ਨ ਤੇ ਕੰਮ ਕਰ ਰਿਹਾ। ਇਹਨਾਂ ਸਾਰਿਆਂ ਦੇ ਵਿੱਚ ਕੋਆਰਡੀਨੇਸ਼ਨ ਕਰਨ ਦਾ ਕੰਮ ਵਰਲਡ ਸਿੱਖ ਪਾਰਲੀਮੈਂਟ ਹੈ। ਵਰਲਡ ਸਿੱਖ ਪਾਰਲੀਮੈਂਟ ਅਸੀਂ ਇੱਕ ਗੱਲ ਕਲੀਅਰ ਕੀਤੀ ਹੈ ਕਿ ਚਾਹੇ ਤੁਸੀਂ ਕਿਸੇ ਵੀ ਜਥੇਬੰਦੀ ਤੋਂ ਬਿਲੋਂਗ ਕਰਦੇ ਹੋ ਪਰ ਇਹਦਾ ਮੈਂਬਰ ਤੁਸੀਂ ਇੰਡੀਵਿਜੁਅਲ ਕਪੈਸਿਟੀ 'ਚ ਬਣ ਰਹੇ ਹੋ, ਤੁਹਾਨੂੰ ਆਪਣੀ ਜਥੇਬੰਦੀ ਭੰਗ ਕਰਨ ਦੀ ਕੋਈ ਲੋੜ ਨਹੀਂ, ਪਰ ਤੁਸੀਂ ਇੱਥੇ ਇੰਡੀਵਿਜੁਅਲ ਕਪੈਸਿਟੀ ਮੈਂਬਰ ਬਣ ਰਹੇ ਹੋ, ਐਜ਼ ਅ ਪਾਰਲੀਮੈਂਟ ਅਸੀਂ ਕੰਮ ਕਰਨਾ। ਜੇ ਹੁਣ ਅਸੀਂ ਗੱਲ ਕਰੀਏ ਕਿ ਜੇ ਕਿਸੇ ਮੁਲਕ ਦੇ ਵਿੱਚ ਕੋਈ ਐਮ ਪੀ ਬਣਦਾ, ਜੇ ਹੁਣ ਲੇਬਰ ਤੋਂ ਐਮ ਪੀ ਬਣਿਆ ਤਾਂ ਤੁਸੀਂ ਉਹਨੂੰ ਇਹ ਤਾਂ ਨਹੀਂ ਕਹੋਗੇ ਵੀ ਤੁਸੀਂ ਪਹਿਲਾਂ ਲੇਬਰ ਤੋਂ ਅਸਤੀਫਾ ਦੇ ਕੇ ਆ ਫਿਰ ਐਮ ਪੀ ਬਣ? ਨਹੀਂ ਨਹੀਂ, ਮੈਂ ਗੱਲ ਇਹ ਕਰਨ ਡਿਆ ਵਾਂ ਵੀ ਜਿਹੜੇ ਕੋਆਰਡੀਨੇਟਰ ਮੈਂਬਰ ਆ ਉਹ ਵੀ ਤਾਂ ਇੰਡੀਵਿਜੁਅਲ ਕਪੈਸਿਟੀ ਦੇ ਹੋਣੇ ਚਾਹੀਦੇ ਆ ਨਾ। ਸਾਰੀਆਂ ਜਥੇਬੰਦੀਆਂ ਦੇ ਪ੍ਰਧਾਨ ਨੇ, ਅਹੁਦੇਦਾਰ ਨੇ, ਉਹਦੇ ਵਿੱਚ ਤੁਸੀਂ ਵੇਖੋ ਉਹਦੇ ਵਿੱਚ ਇੱਕ ਬੈਲੈਂਸ ਫਾਰਮ ਪਾਇਆ ਗਿਆ, ਉਹਦੇ ਵਿੱਚ ਕੁਛ ਇੱਕ ਮੁੱਦਵਾਰ ਬੰਦੇ ਨੇ ਜਿਹਨਾਂ ਦਾ ਕਿ ਵੈਲ ਐਕਸਪੀਰੀਅੰਸ ਯੂਜ਼ ਨਹੀਂ, ਕੁਛ ਇੱਕ ਯੰਗ ਬਲੱਡ ਹੈ ਜਿਹੜਾ ਕਿਸੇ ਜਥੇਬੰਦੀ ਤੋਂ ਬਿਲੋਂਗ ਨਹੀਂ ਕਰਦਾ, ਜਿਹੜਾ ਨਿਊਟਰਲ ਹੈ। ਮੈਂ ਇੱਥੇ ਇੱਕ ਗੱਲ ਹੋਰ ਇੱਕ ਕਰੈਕਟ ਕਰਦਾ ਵੀ ਪਲੀਜ਼ ਇਹਨੂੰ ਏਦਾਂ ਨਾ ਸੋਚਿਆ ਜਾਵੇ ਵੀ ਇਹ ਕੋਈ ਇੱਕ ਦੋ ਤਿੰਨ ਜਥੇਬੰਦੀਆਂ ਦਾ ਕੰਮ ਹੈ। ਜਦੋਂ ਤੁਸੀਂ 300 ਮੈਂਬਰਾਂ ਦੀ ਲਿਸਟ ਵੇਖੋਗੇ ਉਹਦੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਰੀਆਂ ਜਥੇਬੰਦੀਆਂ ਨੂੰ ਕਿਵੇਂ ਇਕੁਅਲ ਰੀਪ੍ਰੈਜ਼ੈਂਟੇਸ਼ਨ ਮਿਲੇਗੀ। ਔਰ ਇਹਦਾ ਮੈਨੂੰ ਯਕੀਨ ਹੈ ਐਜ਼ ਅ ਕੋਆਰਡੀਨੇਟਰ ਕਿ ਇਹ ਜਿਹੜਾ ਸਪਨਾ ਹੈ ਕੌਮ ਦਾ ਸਾਕਾਰ ਹੋਏਗਾ ਔਰ ਬਿਲਕੁਲ ਹੋਏਗਾ। ਜੇ ਤੁਸੀਂ ਕਹੋ ਵੀ ਜਥੇਬੰਦੀਆਂ ਤੋਂ ਅਸਤੀਫੇ ਦੇ ਕੇ ਆਉਣ ਜਾਂ ਕਿੱਦਾਂ, ਉਹ ਫਿਰ ਗੱਲ ਨਹੀਂ ਬਣਦੀ ਕਿਉਂਕਿ ਤੁਸੀਂ ਉਹਨਾਂ ਨੂੰ ਉਹਨਾਂ ਦੀ 35 ਸਾਲ ਦੀ ਮਿਹਨਤ ਭੰਗ ਕਰਨ ਨੂੰ ਨਹੀਂ ਕਹਿ ਸਕਦੇ। ਨਹੀਂ ਨਹੀਂ, ਮੈਂ ਤਾਂ ਨਹੀਂ ਕਹਿੰਦਾ, ਤੁਹਾਡੀ ਸਟੇਟਮੈਂਟ ਕਹਿੰਦੀ ਆ ਵੀ ਉਹ ਸਾਰੀਆਂ ਜਥੇਬੰਦੀਆਂ ਫੇਲ ਹੋਈਆਂ ਵਾ ਕੌਮ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ। ਨਹੀਂ, ਅਸੀਂ ਇਹ ਗੱਲ ਕਹੀ ਹੈ ਕਿ ਜਿਹੜਾ ਸਿੱਖ ਸੰਘਰਸ਼ ਹੈ ਉਹ ਹੁਣ ਜਿਹੜਾ 30 ਸਾਲਾਂ ਤੋਂ ਇਹਨਾਂ ਜਥੇਬੰਦੀਆਂ ਨੇ ਆਪਣੀ ਆਪਣੀ ਇੰਡੀਵਿਜੁਅਲ ਕਪੈਸਿਟੀ 'ਚ ਡਰੈਗ ਕਰਕੇ ਇੱਥੇ ਤੱਕ ਲੈ ਕੇ ਆਏ। ਨਹੀਂ ਨਹੀਂ, ਤੁਸੀਂ ਆਪਦੀ ਆਪਦੀ ਸਟੇਟਮੈਂਟ ਆਪਦੀ ਸਟੇਟਮੈਂਟ ਪੜ੍ਹੋ, ਉਹਦੇ 'ਚ ਲਿਖਿਆ ਵਾ ਵੀ ਇਹ ਸਭ ਜਥੇਬੰਦੀਆਂ ਜਿਹੜੀਆਂ ਸਫਲ ਰਹੀਆਂ ਇਸ ਕੰਮ ਦੇ ਵਿੱਚ, ਤਾਂ ਸਾਨੂੰ ਵਰਲਡ ਸਿੱਖ ਪਾਰਲੀਮੈਂਟ ਬਣਾਉਣੀ ਪਈ। ਮੈਂ ਸਾਰਿਆਂ ਦਾ ਬਿਲਕੁਲ ਕਲੀਅਰ ਕਰਦਾ ਵਾਂ, ਜਿਹੜਾ ਸਾਡਾ ਬਿਆਨ ਸੀਗਾ ਉਹ ਇੱਦਾਂ ਸੀਗਾ ਵੀ ਜਥੇਬੰਦੀਆਂ, ਤੁਸੀਂ ਪੂਰੀ ਪ੍ਰੈਸ ਰਿਲੀਜ਼ ਸੁਣੋ ਤੇ ਉਹਦੇ ਵਿੱਚ ਇਹ ਸੀ ਵੀ ਅੱਜ 30 ਸਾਲ ਤੱਕ ਸੰਘਰਸ਼ ਨੂੰ ਜਥੇਬੰਦੀਆਂ ਆਪਣੀ ਆਪਣੀ ਇੰਡੀਵਿਜੁਅਲ ਕਪੈਸਿਟੀਆਂ 'ਚ ਕੰਮ ਕਰਦੇ ਤਾਂ ਕਿੱਥੇ ਤੱਕ ਲੈ ਕੇ ਆਏ? ਹੁਣ ਇਹਨੂੰ ਸਫਲ ਕਰਨਾ ਉਹ ਕਿਤੇ ਨਹੀਂ ਤੁਹਾਡੀ ਸਟੇਟਮੈਂਟ ਦੇ ਵਿੱਚ ਲਿਖਿਆ, ਤੁਹਾਡੀ ਸਟੇਟਮੈਂਟ ਕਲੀਅਰਲੀ ਕਹਿੰਦੀ ਆ। ਤੁਸੀਂ ਅਕਾਲ ਚੈਨਲ ਤੇ ਪੂਰੀ ਪ੍ਰੈਸ ਰਿਲੀਜ਼ ਅਕਾਲ ਚੈਨਲ ਦੇ ਸੇਫ ਨਹੀਂ, ਜਿਹੜੀ ਆ ਰਿਟਨ ਸਟੇਟਮੈਂਟ ਆ ਇਹਨੂੰ ਨਾ ਤਾਂ ਤੁਸੀਂ ਕੰਡੈਮ ਵੀ ਕੀਤਾ ਵਾ ਵੀ ਇਹ ਗਲਤ ਵਾ, ਤੇ ਇਹਦੇ ਵਿੱਚ ਇਹੋ ਕੁਝ ਲਿਖਿਆ ਵਾ ਜਿਹੜੀ ਤੁਹਾਡੀ ਨਿਊਜ਼ ਪੇਪਰਾਂ 'ਚ ਛਪੀ ਆ। ਨਹੀਂ, ਉਹਦੇ ਵਿੱਚ ਕੀ ਲਿਖਿਆ ਵੀ ਇਹ ਅਸਫਲ ਰਹੀਆਂ? ਹਾਂ, ਉਹਦੇ ਵਿੱਚ ਤੁਸੀਂ ਲਿਖਿਆ ਵੀ ਸਿੱਖਾਂ ਦੀਆਂ ਜਿਹੜੀਆਂ ਸਾਰੀਆਂ ਰਵਾਇਤੀ ਜਥੇਬੰਦੀਆਂ ਵਾ ਇਹ ਅਸਫਲ ਰਹੀਆਂ, ਇਸ ਕਰਕੇ ਸਾਨੂੰ ਵਰਲਡ ਸਿੱਖ ਪਾਰਲੀਮੈਂਟ ਬਣਾਉਣੀ ਪਈ। ਅਸੀਂ ਇਹ ਕਹਿ ਰਹੇ ਹਾਂ ਵੀ ਸਾਰੀਆਂ ਜਥੇਬੰਦੀਆਂ ਇਹ ਗੱਲ ਰਿਅਲਾਈਜ਼ ਕਰਦੀਆਂ, ਨਾ ਨਾ, ਅਸੀਂ ਆਪਣੀ ਇੰਡੀਵਿਜੁਅਲ ਕਪੈਸਿਟੀ ਵਿੱਚ ਅੱਜ ਤੱਕ 30 ਸਾਲ ਹੋ ਗਏ ਸਾਨੂੰ ਸੰਘਰਸ਼ ਕਰਦੇ, ਹੁਣ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਤਾਂ ਮੈਂ ਇੱਕ ਮੁੱਖ ਜਥੇਬੰਦੀ ਦੀ ਲੋੜ ਹੈ ਜਿਹੜੀਆਂ ਇਹਨਾਂ ਸਾਰੀਆਂ 'ਚ ਕੋਆਰਡੀਨੇਸ਼ਨ ਕਰਕੇ ਤੇ ਰਿਜ਼ਲਟ ਓਰੀਐਂਟਿਡ ਕੰਮ ਤੇ। ਇਹਦੇ ਵਿੱਚ ਇਹ ਲਿਖਿਆ ਕਿ ਉਹਨਾਂ ਕਿਹਾ ਕਿ ਸਿੱਖਾਂ ਦੀਆਂ ਅੱਜ ਤੱਕ ਨੁਮਾਇੰਦਗੀਆਂ ਕਰਨ ਵਾਲੀਆਂ ਰਵਾਇਤੀ ਜਮਾਤਾਂ ਸਿੱਖ ਹੱਕਾਂ ਦੀ ਗੱਲ ਕਰਨ ਅਤੇ ਕੌਮ ਨੂੰ ਸੇਧ ਦੇਣ ਵਿੱਚ ਅਸਫਲ ਰਹੀਆਂ ਇਸ ਲਈ ਇਸ ਦਾ ਗਠਨ ਕੀਤਾ ਗਿਆ ਹੈ, ਇਹ ਲਿਖਿਆ। ਮੈਂ ਹੁਣ ਇੱਥੇ ਗੱਲ ਕਲੀਅਰ ਕਰਨਾ, ਹਾਂਜੀ, ਵਰਡ ਪੜ੍ਹੋ ਇੱਥੇ, ਵਰਡ ਰਵਾਇਤੀ ਜਥੇਬੰਦੀਆਂ ਨਹੀਂ ਰਵਾਇਤੀ ਜਮਾਤਾਂ, ਜਮਾਤਾਂ, ਹਾਂਜੀ। ਜਦੋਂ ਆਪਾਂ ਜਮਾਤਾਂ ਵਰਡ ਯੂਜ਼ ਕੀਤਾ ਸੀ ਉਹਦੇ ਤੋਂ ਸਾਡਾ ਭਾਵ ਸੀਗਾ ਜਿਹੜਾ ਸਾਡਾ ਉੱਥੇ ਤਖਤਾਂ ਦਾ ਸਿਸਟਮ ਬਣਾਇਆ ਉਹ ਫੇਲ ਹੋ ਗਿਆ, ਜਿਹੜਾ ਸਾਡਾ ਐਸਜੀਪੀਸੀ ਦਾ ਸਿਸਟਮ ਹੈ ਉਹ ਫੇਲ ਹੋ ਗਿਆ। ਨਹੀਂ, ਤਖਤ ਨੂੰ ਤੁਸੀਂ ਜਮਾਤ ਸਮਝਦੇ ਜੇ, ਤਖਤ ਨੂੰ ਤੁਸੀਂ ਜਮਾਤ ਸਮਝਦੇ ਜੇ,
ਤਖਤ ਜਮਾਤ ਨਹੀਂ ਨਾ, ਦੇਖੋ ਜਾਂ ਜਾਂ SGPC ਨੂੰ ਤੁਸੀਂ ਜਮਾਤ ਸਮਝਦੇ ਜੇ? ਜਿਸ ਵੀ ਨਿਊਜ਼ ਪੇਪਰ ਨੇ ਇਹ ਗੱਲ ਛਾਪੀ ਹੈ, ਪੰਜਾਬ ਟਾਈਮ ਨੇ ਛਾਪੀ, ਉਹਦਾ ਜਮਾਤਾਂ ਤੋਂ ਮਤਲਬ ਜਮਾਤਾਂ ਨਹੀਂ, ਨਿਊਜ਼ ਪੇਪਰ ਨੇ ਤਾਂ ਤੁਹਾਡੀ ਸਟੇਟਮੈਂਟ ਛਾਪੀ ਆ। ਇਹ ਹਰਜਿੰਦਰ ਸਿੰਘ ਜੀ ਮੰਡੇਰ ਸਾਹਿਬ ਨੇ ਲਿਖੀ ਖਬਰ ਹੈ। ਅਸੀਂ ਆਪਣੀ ਪੂਰੀ ਰਿਲੀਜ਼ ਵਿੱਚ, ਪ੍ਰੈਸ ਰਿਲੀਜ਼ ਜਦੋਂ ਤੁਸੀਂ ਪੂਰੀ ਸੁਣਦੇ ਹੋ ਨਾ, ਉਹਦੇ ਵਿੱਚ ਕਿੱਥੇ ਵੀ ਇਹ ਨਹੀਂ ਲਿਖਿਆ ਵੀ ਇਹ ਜਥੇਬੰਦੀਆਂ ਫੇਲ ਹੋ ਗਈਆਂ। ਉੱਥੇ ਇਹ ਗੱਲ ਹੀ ਆਈ ਹੈ ਵੀ ਜਿਹੜੀਆਂ ਸਿੱਖਾਂ ਨੂੰ ਰੀਪ੍ਰੈਜ਼ੈਂਟ ਕਰਨ ਵਾਲੀਆਂ ਜਮਾਤਾਂ ਫੇਲ ਨਹੀਂ, ਅਸਫਲ ਲਿਖਿਆ ਤੁਸੀਂ, ਆ ਪੜ ਕੇ ਵੇਖ ਲਓ, ਅਸਫਲ SGPC ਅਸਫਲ ਰਹੀ ਹੈ। ਜਮਾਤ ਕਿਆ, ਪਰ SGPC ਜਮਾਤ ਨਹੀਂ ਹੈ ਨਾ, ਪਰ ਨਹੀਂ ਨਹੀਂ ਸ਼ਬਦ ਆ, ਸ਼ਬਦ ਸ਼ਬਦ ਕਲੀਅਰ ਵਾ ਮਨਪ੍ਰੀਤ, ਸ਼ਬਦ ਕਲੀਅਰ ਆ। ਨਹੀਂ ਨਹੀਂ ਜਮਾਤਾਂ ਨੂੰ, ਜਮਾਤ ਜਮਾਤਾਂ ਸਿੱਖ ਕੌਮ ਦੇ ਵਿੱਚ ਕਿਹੜੀਆਂ, ਇਸ ਤਰ੍ਹਾਂ ਡਿਬੇਟ ਲੰਬੀ ਹੋ ਜਾਏਗੀ। ਮਨਪ੍ਰੀਤ ਕੋਈ ਗੱਲ ਨਹੀਂ, ਮਨਪ੍ਰੀਤ ਤੁਸੀਂ ਸਾਨੂੰ ਇਹ ਜ਼ਰੂਰ ਦੱਸੋ ਕਿ ਜਿਹੜਾ ਤੁਸੀਂ 300 ਦਾ ਵਰਡ ਯੂਜ਼ ਕੀਤਾ ਹੈ, 150 ਉੱਥੋਂ 150 ਉੱਥੋਂ, ਇਹ ਤੁਸੀਂ ਕਿਸ ਹਿਸਾਬ ਨਾਲ ਲਿਆ? ਕਿਉਂਕਿ ਇੱਕ ਸਿੱਖ ਦੇ ਵਿੱਚ ਮਤਲਬ ਪਾਰਲੀਮੈਂਟ ਦਾ ਇਹ ਅਸੂਲ ਹੁੰਦਾ ਕਿ ਇੱਕ ਮੈਂਬਰ ਪਾਰਲੀਮੈਂਟ ਇੰਨੇ ਆਪਣੇ ਦੇਸ਼ ਦੇ ਨਾਗਰਿਕਾਂ ਪਿੱਛੇ ਹੋਵੇਗਾ। ਜਿਵੇਂ ਭਾਰਤ ਦੀ ਪਾਰਲੀਮੈਂਟ ਵਿੱਚ 544 ਮੈਂਬਰ ਪਾਰਲੀਮੈਂਟ ਨੇ, ਉਹਦੇ ਪਿੱਛੇ ਇੱਕ ਪੂਰੀ, ਤੁਸੀਂ 300 ਕਿਸ ਹਿਸਾਬ ਨਾਲ, ਤੁਸੀਂ ਇੱਕ ਕੈਲਕੂਲੇਸ਼ਨ ਕਰ ਲਈ ਸੀ ਕਿ ਵਰਡ? ਬਿਲਕੁਲ ਹਾਂਜੀ, ਇਹਦੀ ਕੈਲਕੂਲੇਸ਼ਨ ਜਦੋਂ ਆਪਾਂ ਆਪਣੀ ਜੀਓਗ੍ਰਾਫਿਕਲੀ ਕੀਤੀ ਹੈ, ਸਾਡੇ ਜਿਹੜੇ ਸ਼ਾਮ ਸਿੰਘ ਜੀ ਆਸਟ੍ਰੇਲੀਆ ਤੋਂ, ਜਿਹੜਾ ਨੇ ਸਾਰਾ ਖਰੜਾ ਜਿਹੜਾ ਉਹ ਤਿਆਰ ਕੀਤਾ, ਬੜੀ ਮਿਹਨਤ ਲਾ ਕੇ ਔਰ ਸਾਲਾਂ ਵਿੱਚ ਵੀ ਮਿਹਨਤ ਲਾ ਕੇ ਉਹਨਾਂ ਨੇ ਤਿਆਰ ਕੀਤਾ, ਉਹਦੇ ਵਿੱਚ ਅਸੀਂ ਵਰਲਡ ਨੂੰ ਕਰੀਬਨ ਕਰੀਬਨ 6 ਜ਼ੋਨ ਚ ਵੰਡਿਆ। ਉਹਦੇ ਵਿੱਚ ਸਭ ਤੋਂ ਵੱਡਾ ਜ਼ੋਨ ਜਿਹੜਾ ਸੀ ਉਹ ਇੰਡੀਅਨ ਸਬ ਕੰਟੀਨੈਂਟ ਸੀਗਾ ਜੀ ਜੀ, ਤੇ ਬਾਕੀ ਦੇ ਜ਼ੋਨ, ਇੱਕ ਬੰਦਾ ਸੀ ਆਸਟ੍ਰੇਲੀਆ ਰੈਸਟ ਆਫ ਦਾ ਵਰਲਡ, ਇੱਕ ਬੰਦਾ ਸੀ UK ਦਾ, ਇੱਕ ਬੰਦਾ ਸੀ ਰੈਸਟ ਆਫ ਦਾ ਯੂਰਪ, ਇੱਕ US ਦਾ ਤੇ ਕੈਨੇਡਾ ਦਾ। ਹੁਣ ਜਦੋਂ ਅਸੀਂ ਇਹਨਾਂ ਦਾ ਸਮੀਕਰਨ ਕੀਤਾ ਵੀ ਇਹਨਾਂ ਦੀ ਪਾਪੂਲੇਸ਼ਨ ਜੇ ਅਸੀਂ ਡਿਵਾਈਡ ਕਰੀਏ, ਤੁਸੀਂ ਕਿਹਾ ਵੀ 30 ਮੈਂਬਰ ਕੈਨੇਡਾ ਤੋਂ, 30 ਅਮੈਰੀਕਾ ਤੋਂ, 30 UK ਤੋਂ, 30 ਰੈਸਟ ਆਫ ਯੂਰਪ ਤੋਂ, ਔਰ 30 ਆਸਟ੍ਰੇਲੀਆ ਤੋਂ ਗਿਣੇ ਜਾਣਗੇ, ਔਰ ਬਾਕੀ ਦਾ 150 ਅਸੀਂ ਜਿੱਥੇ ਪੰਜਾਬ ਦਾ ਸੁਣਨਾ ਹੈ, ਜਿੱਥੇ ਸਾਡਾ ਦੇਸ਼ ਪੰਜਾਬ ਵੱਸਦਾ ਹੈ, ਉਹ 150 ਮੈਂਬਰ ਅਸੀਂ ਪੰਜਾਬ ਦੇ ਲੇਖੇ ਲਾਏ। ਇਹਦੇ ਨਾਲ ਕੀ ਹੋਣਾ ਹੈ ਕਿ ਇਕੁਅਲ ਰੀਪ੍ਰੈਜੈਂਟੇਸ਼ਨ ਮਿਲ ਰਹੀ ਹੈ ਪੰਜਾਬ ਵਿੱਚ ਵੱਸਦੇ ਸਿੱਖਾਂ ਨੂੰ ਔਰ ਬਾਹਰ ਦੇ ਬੈਠੇ ਸਿੱਖਾਂ ਨੂੰ, ਇੱਧਰੋਂ ਇਹ ਨੰਬਰ ਆਇਆ ਜੀ। ਨਹੀਂ ਤੇ ਇਹਨਾਂ ਦਾ ਤੁਹਾਡਾ ਪ੍ਰੋਸੀਜਰ ਕੀ ਹੋਊਗਾ ਸਿਲੈਕਸ਼ਨ ਦਾ, ਆਪਣੇ ਪਾਰਲੀਮੈਂਟ ਮੈਂਬਰਾਂ ਦਾ ਜਿਹੜੇ ਤੁਹਾਡੇ ਨਾਲ ਸੰਬੰਧਿਤ ਹੋਣਗੇ, ਜਾਂ ਜਿੱਦਾਂ ਹੁਣ ਮਾਨ ਸਾਹਿਬ ਹੁਣਾਂ ਨੇ ਤਾਂ ਕਹਿਤਾ ਵਾ ਵੀ ਸਾਡਾ ਤੁਹਾਡੇ ਨਾਲ ਕੋਈ ਸੰਬੰਧ ਨਹੀਂ? ਦੇਖੋ ਇਹ ਮਾਨ ਸਾਹਿਬ, ਚਲੋ ਜਿੱਦਾਂ ਵੀ ਉਹਨਾਂ ਨੇ ਕਿਹਾ, ਉਹ ਸਾਡੀ ਕੌਮ ਦੇ ਇੱਕ ਬਜ਼ੁਰਗ ਲੀਡਰ ਨੇ ਔਰ ਬਹੁਤ ਹੀ ਉਹਨਾਂ ਦਾ ਜਿਹੜਾ ਕੌਮ ਦੇ ਵਿੱਚ ਇੱਜ਼ਤਮਾਨ ਹੁੰਦਾ ਹੈ, ਤੇ ਅਸੀਂ ਵੀ ਉਹਨਾਂ ਦਾ ਪੂਰਾ ਇੱਜ਼ਤਮਾਨ ਕਰਾਂਗੇ। ਉਹਨਾਂ ਦੀ ਜਿਹੜੀ ਟੀਮ ਹੈ ਉਹਦੇ ਨਾਲ ਆਲਰੇਡੀ ਜਿਹੜੀ ਹੈ ਉਹ ਗੱਲਬਾਤ ਹੁਣ ਚੱਲ ਰਹੀ ਹੈ। ਦੇਖੋ ਕੋਈ ਵੀ ਬੰਦਾ ਜਦੋਂ ਤੁਸੀਂ ਕੰਮ ਸ਼ੁਰੂ ਕਰਨਾ ਹੁੰਦਾ, ਉਹਦੇ ਤੁਸੀਂ 10-15 ਬੰਦੇ ਕੰਮ ਸ਼ੁਰੂ ਕਰਦੇ ਹੋ, ਪਰ ਇਹ ਡਿਪੈਂਡ ਕਰਦਾ ਕਿ ਇਸ ਕੰਮ ਕਰਨ ਤੋਂ ਪਹਿਲਾਂ ਤੁਹਾਡੀ ਇੰਟੈਂਸ਼ਨ ਕੀ ਹੈ। ਹੁਣ ਸਾਡੀ ਇੰਟੈਂਸ਼ਨ ਇਹਦੇ ਵਿੱਚ ਇਹ ਹੈ ਵੀ ਪੂਰੀ ਕੌਮ ਦੀ ਇਹਦੇ ਵਿੱਚ ਰੀਪ੍ਰੈਜੈਂਟੇਸ਼ਨ ਆਵੇ, ਔਰ ਅਸੀਂ ਤਹਿ ਦਿਲ ਨਾਲ ਇਹਦੀ ਮਿਹਨਤ ਕਰਕੇ ਪੂਰੀ ਕੋਸ਼ਿਸ਼ ਕਰਾਂਗੇ। ਪਰ ਹਾਂ ਇੱਕ ਗੱਲ ਹੈ ਵੀ ਅਸੀਂ ਕਿਸੇ ਨੂੰ ਉਹਦੀ ਮਰਜ਼ੀ ਦੇ ਖਿਲਾਫ਼ ਫੋਰਸ ਨਹੀਂ ਕਰ ਸਕਦੇ, ਪਾਰਲੀਮੈਂਟ ਮੈਂਬਰ ਦੀ ਕੁਆਲੀਫਿਕੇਸ਼ਨ ਤੁਸੀਂ ਇਹਦੇ ਚ ਦਿੱਤੀ ਆ ਵੀ ਜਿਹੜਾ 30-35 ਸਾਲ ਤੋਂ ਇਹ ਤੁਹਾਡੀਆਂ ਜਥੇਬੰਦੀਆਂ ਦੇ ਵਿੱਚ ਕੰਮ ਕਰਦਾ ਰਿਹਾ ਹੋਊਗਾ ਉਹ ਆ ਸਕਦਾ? ਨਹੀਂ ਮੈਂ ਬੁਲਾਇਆ ਸੀਗਾ, ਮੈਂ ਸਾਰੇ ਨੂੰ ਲੈਟਰ ਭੇਜੇ ਸਨ, ਭਾਈ ਜੋਗਾ ਸਿੰਘ ਸਾਹਿਬ ਦਾ ਵੀ ਫੋਨ ਆਇਆ ਸੀ, ਭਾਈ ਅਮਰੀਕ ਸਿੰਘ ਗਿੱਲ ਸਾਹਿਬ ਨੂੰ ਵੀ, ਦਵਿੰਦਰਜੀਤ ਸਿੰਘ ਜੀ ਨੂੰ। ਅਨਫੋਰਚੁਨੇਟਲੀ ਤੁਹਾਡਾ ਫੋਨ ਮੇਰੇ ਕੋਲ ਹੈ ਨਹੀਂ ਸੀ, ਨਹੀਂ ਤਾਂ ਮੈਂ ਤੁਹਾਨੂੰ ਵੀ ਕਾਲ ਕਰਨੀ ਸੀ। ਮੈਂ ਤਾਂ ਸਾਰਿਆਂ ਨੂੰ ਕਾਲ ਕੀਤੀ ਸੀ, ਪਰ ਜੋਗਾ ਸਿੰਘ ਸਾਹਿਬ ਤਾਂ ਆ ਗਏ ਔਨਲਾਈਨ ਫੋਨ ਦੇ ਉੱਤੇ, ਅਤੇ ਦਵਿੰਦਰ ਸਿੰਘ ਹੁਣੀ ਕਹਿਣ ਲੱਗੇ ਕਿ ਜੋਗਾ ਸਿੰਘ ਸਾਨੂੰ ਮਤਲਬ ਸਾਡੇ ਵੱਲੋਂ ਤੁਹਾਨੂੰ ਗੱਲ ਕਰਨਗੇ, ਤਾਂ ਜੋਗਾ ਸਿੰਘ ਸਾਹਿਬ ਨਾਲ ਸ਼ਾਇਦ ਤੁਸੀਂ ਉਦੋਂ ਪ੍ਰੋਗਰਾਮ ਨਹੀਂ ਸੁਣਿਆ, ਉਹਨਾਂ ਨਾਲ ਗੱਲ ਹੋ ਗਈ ਸੀ, ਅਤੇ ਉਹਨਾਂ ਨੇ ਜਿਹੜੀ ਗੱਲ ਕਾਫੀ ਹੱਦ ਤੱਕ ਕਲੀਅਰ ਕਰ ਦਿੱਤੀ ਸੀ ਕਿ ਅਸੀਂ 3 ਜਾਂ 4 ਹਫ਼ਤਿਆਂ ਬਾਅਦ ਫਿਰ ਬੈਠਾਂਗੇ। ਅਤੇ ਕੋਈ ਗੱਲ ਨਹੀਂ ਮਨਪ੍ਰੀਤ, ਬਹੁਤ ਅੱਛਾ ਲੱਗਾ ਤੁਸੀਂ ਆਏ, ਬਹੁਤ ਅੱਛਾ ਲੱਗਾ, ਸੋ ਨਾਈਸ ਸਰ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਗੁਰਦਿਆਲ ਸਿੰਘ ਅਟਵਾਲ ਸਾਹਿਬ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਮੈਂ ਉਹ ਕਹਿ ਰਹੇ ਨੇ ਕਿ ਫੋਨ ਕਾਲਸ ਨਹੀਂ ਮਿਲ ਰਹੀ ਕਿਉਂਕਿ ਫੋਨ ਕਾਲਸ ਬਹੁਤ ਸਾਰੀਆਂ ਆ ਰਹੀਆਂ ਨੇ, ਸਾਡੇ ਕੋਲ ਸਮਾਂ ਬਹੁਤ ਘੱਟ ਹੈ, ਸਾਡੇ ਕੋਲ ਹਜੇ ਇੱਕ ਅੱਧਾ ਵਿਸ਼ਾ ਹੋਰ ਹੈ, ਕਿਉਂਕਿ ਇੱਕ ਆਰਟੀਕਲ ਲਿਖਿਆ ਗਿਆ ਮਹਿੰਦਰ ਸਿੰਘ ਜੀ ਖਹਿਰਾ ਸਾਹਿਬ ਵੱਲੋਂ,
ਉਹ ਆਰਟੀਕਲ ਮੇਰੇ ਪਾਸ ਆ ਗਿਆ, ਸ਼ਾਇਦ ਉਹ ਸਾਰੀ ਅਖਬਾਰਾਂ ਦੇ ਵਿੱਚ ਅੱਜ ਛਾਪ ਵੀ ਗਿਆ। ਤੁਸੀਂ ਉਸ ਆਰਟੀਕਲ ਬਾਰੇ ਕੀ ਕਹਿਣਾ ਹਾਂ ਜੀ ਡਾਕਟਰ ਸਾਹਿਬ? ਮੈਨੂੰ ਵੀ ਅੱਜ ਹੀ ਮਿਲਿਆ ਸੀਗਾ ਆਪਣੇ ਸੋਸ਼ਲ ਮੀਡੀਆ ਰਾਹੀਂ। ਆਰਟੀਕਲ ਨੂੰ ਲਿਖਿਆ ਕਿ ਖਾਲਿਸਤਾਨ ਦੇ ਸਮਰਥਕਾਂ ਵੱਲੋਂ ਖਾਲਿਸਤਾਨ ਦੇ ਵਿਰੋਧੀਆਂ ਨੂੰ ਸਿਰ ਪਾਓ, ਕੁਝ ਇੱਦਾਂ ਦਾ ਹੈਡਿੰਗ ਪਾਇਆ ਉਹਨਾਂ ਨੇ। ਅਤੇ ਇਸ ਬਾਰੇ ਆਪਾਂ, ਕਿਉਂਕਿ ਆਪਾਂ ਗੱਲ ਪਾਰਲੀਮੈਂਟ ਬਾਰੇ ਕਰ ਰਹੇ ਹਾਂ, ਤੁਸੀਂ ਗੱਲ ਕਰਨਾ ਚਾਹੋਗੇ ਸਾਡੇ ਪਾਸ ਫੋਨ ਕਾਲ ਸੀ ਬਹੁਤ। ਉਹ ਹੀ ਗੱਲ ਇੱਥੇ ਆ ਜਾਂਦੀ ਆ ਵੀ ਇਹ ਪਾਰਲੀਮੈਂਟ ਦੇ ਮੋਢੀ ਜਿਹੜੇ ਆ ਉਹ ਹੀ ਇਹਦੇ ਵਿੱਚ ਉਹਨਾਂ ਨੇ ਨਾਂ ਵੀ ਲਿਖਿਆ ਵਾ ਵੀ ਸਰਦਾਰ ਤਰਲੋਚਨ ਸਿੰਘ ਨੂੰ ਉਹ ਸਨਮਾਨਿਤ ਕਰ ਰਹੇ ਆ ਵੀ ਉਹ ਬਹੁਤ ਸਿੱਖ ਕੌਮ ਪ੍ਰਤੀ ਉਹਨਾਂ ਦੀ ਦੇਣ ਆ। ਜੋਗਾ ਸਿੰਘ ਸਾਹਿਬ ਸਾਡੇ ਨਾਲ ਦੁਬਾਰਾ ਗੱਲ ਕਰਨਾ ਚਾਹੁੰਦੇ ਜੀ। ਜੋਗਾ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ? ਮੈਂ ਕਿਹਾ ਡਾਕਟਰ ਸਾਹਿਬ ਜੀ, ਮੈਂ ਨਾ ਬਾਹਰਿਆ ਪ੍ਰੋਗਰਾਮ ਦੇਖ ਨਹੀਂ ਲਿਆ, ਪਰ ਮੈਨੂੰ ਕਿਸੇ ਵੀਰ ਦਾ ਫੋਨ ਆਇਆ ਜਿਹੜਾ ਇਹਦਾ ਕੌਨਸਟੀਟਿਊਸ਼ਨ ਪ੍ਰੋਪਰ ਬਣਿਆ ਆ, ਠੀਕ ਹੈ, ਦੁਨੀਆ ਦੇ ਮੇਨ ਮੇਨ ਸਾਰੇ ਸਿੱਖਾਂ ਨੂੰ ਸਿਖਾਇਆ, ਪੰਜਾਬ ਵਿੱਚ ਵੀ ਇੱਥੇ ਵੀ ਸਾਰਿਆਂ ਦੀ ਸਲਾਹ ਨਾਲ ਬਣਿਆ ਤੇ ਕਿਸੇ ਨੂੰ ਭੁਲੇਖਾ ਨਾ ਲਵੇ। ਜਦੋਂ ਕਿਤੇ ਸਾਡੇ ਨਾਲ ਪ੍ਰੋਗਰਾਮ ਬਣਿਆ ਅਸੀਂ ਸਾਰੀਆਂ ਗੱਲਾਂ ਕਲੀਅਰ ਕਰਾਂਗੇ। ਤੁਸੀਂ ਤੁਸੀਂ ਰਿਲੀਜ਼ ਕੀਤਾ ਉਹ ਜੋਗਾ ਸਿੰਘ ਸਾਹਿਬ? ਨਹੀਂ ਅਜੇ ਨਹੀਂ ਕੀਤਾ, ਪਰ ਕਰਾਂਗੇ ਆਉਣ ਵਾਲੇ ਦਿਨਾਂ ਚ, ਮਤਲਬ ਬਣ ਚੁੱਕਾ ਹੋਇਆ ਆਲਬਰਟ। ਉਹਦੇ ਵਿੱਚ ਸਾਰੇ ਵਿਦਵਾਨ ਸਿੱਖਾਂ ਦੀ ਪੰਜਾਬ ਦੇ ਵਿੱਚ ਵੀ ਤਾਂ ਬਾਹਰ ਵੀ ਸਾਰਿਆਂ ਦੀ ਰਾਏ ਲਈ ਆ ਤੇ ਅਸੀਂ ਚਾਹੁੰਦੇ ਜਦੋਂ 30 ਮੈਂਬਰੀ ਕਮੇਟੀ ਬਣ ਜਾਵੇ ਉਹਦੇ ਵਿੱਚ ਫਿਰ ਹੋਰ ਇੰਪਰੂਵਮੈਂਟ ਉਹਦੇ ਕਰਕੇ ਅਸੀਂ ਸਾਰਿਆਂ ਨੂੰ ਦਿਖਾਈਏ ਜੀ। ਤੇ ਅਸੀਂ ਪਿਛਲੇ 2 ਸਾਲ ਤੋਂ ਇੱਥੇ ਕੰਮ ਕਰ ਰਹੇ ਹਾਂ ਜੀ। ਠੀਕ ਹੈ ਜੀ, ਹਾਂਜੀ, ਸੰਸਥਾ ਨੂੰ ਜੀ ਕੁਛ ਲੋਕ ਜਾਣਕਾਰੀ ਹੋਵੇ ਜੀ, ਕੁਛ ਲੋਕ ਐਸਾ ਵੀ ਇਤਰਾਜ਼ ਕਰ ਰਹੇ ਨੇ ਕਿ ਮਤਲਬ ਤੁਹਾਡਾ ਕ੍ਰਾਈਟੇਰੀਆ ਕੀ ਹੋਏਗਾ, ਕਿਉਂਕਿ ਐਸਾ ਤਾਂ ਨਹੀਂ ਕਿ ਕੁਛ ਐਸੀਆਂ ਵੀ ਲੋਕ ਵਿੱਚ ਸ਼ਾਮਲ ਹੋ ਜਾਣ ਜਿਨ੍ਹਾਂ ਬਾਰੇ ਸਾਨੂੰ ਇਹ ਸ਼ੱਕ ਹੋਵੇ ਕਿ ਖਾਲਿਸਤਾਨ ਦੀ ਮੂਵਮੈਂਟ ਦੇ ਵਿੱਚ ਜਾਂ ਸਿੱਖ ਮੂਵਮੈਂਟ ਦੇ ਫਿੱਟ ਨਹੀਂ ਬੈਠਦੇ, ਉਹਨਾਂ ਦਾ ਰੁਝਾਨ ਜਿਹੜਾ ਉਹ ਹਿੰਦੁਸਤਾਨ ਦੀਆਂ ਜਿਹੜੀਆਂ ਕਹਿ ਲਓ ਸੋ ਕੋਲਡ ਜਥੇਬੰਦੀਆਂ ਵਾਲਾ ਹੈ, ਕੁਛ ਐਸਾ ਤੁਸੀਂ ਐਸਾ ਤੁਹਾਨੂੰ ਸ਼ਾਇਦ ਆਇਆ ਹੋਵੇਗਾ ਕਿ ਸਾਨੂੰ ਬਹੁਤ ਸਾਰੀ ਫੋਨ ਕਾਲਸ ਆ ਰਹੀਆਂ ਇਸ ਬਾਰੇ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਜੀ, ਬਹੁਤ ਅੱਛਾ ਲੱਗਾ ਜੋਗਾ ਸਿੰਘ ਸਾਹਿਬ ਜੀ ਦੇ ਨਾਲ ਗੱਲਬਾਤ ਕਰਕੇ ਜੀ। ਉਹ ਲੇਖ ਦੇ ਬਾਰੇ ਉਹਦੇ ਵਿੱਚ ਇਹੋ ਹੀ ਸੀ ਜਿੰਨਾ ਮੈਂ ਪੜ੍ਹਿਆ ਵਾ ਵੀ ਪਿਛਲੇ ਦਿਨ ਇੱਥੋਂ ਦੇ ਖਾਲਿਸਤਾਨੀ ਜਥੇਬੰਦੀਆਂ ਦੇ ਮੁਖੀਆਂ ਨੇ ਉਹਨਾਂ ਨੇ ਲਿਖਿਆ ਵੀ ਤਰਲੋਚਨ ਸਿੰਘ ਜੋ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਰਿਹਾ ਉਹਨੂੰ ਸਨਮਾਨਿਤ ਕੀਤਾ। ਇਹ ਆਰਟੀਕਲ ਛਪ ਗਿਆ ਸਾਰੀਆਂ ਅਖਬਾਰਾਂ 'ਚ? ਪਤਾ ਨਹੀਂ, ਮੈਨੂੰ ਵੀ ਸੋਸ਼ਲ ਮੀਡੀਆ 'ਤੇ ਮਿਲਿਆ ਤਕਰੀਬਨ, ਛਾਪੀ ਗਿਆ ਹੋਣਾ ਵਾ। ਅਤੇ ਇਹਦੇ ਬਾਰੇ ਇਹੋ ਹੀ ਆ ਵੀ ਉਹਨਾਂ ਨੇ ਸਵਾਲ ਕੀਤੇ ਆ ਵੀ ਕੀ ਇਹ ਕਿਸ ਕੈਟਾਗਰੀ ਦੇ ਵਿੱਚ ਆਉਂਦਾ ਵੀ ਇੱਕ ਪਾਸੇ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ, ਦੂਜੇ ਪਾਸੇ ਉਸ ਬੰਦੇ ਨੂੰ ਸਨਮਾਨਿਤ ਕਰਦੇ ਹਾਂ ਜਿਹੜਾ ਆਜ਼ਾਦੀ ਦੇ ਵਿਰੁੱਧ ਵਾ। ਜੋਗਾ ਸਿੰਘ ਸਾਹਿਬ ਨੇ ਕਹਿ ਦਿੱਤਾ, ਹਾਂਜੀ, ਇਹ ਸਟੇਟਮੈਂਟ ਅਸੀਂ ਰਿਕਾਰਡ ਰੱਖਾਂਗੇ ਜੋਗਾ ਸਿੰਘ ਸਾਹਿਬ ਦੀ, ਕੱਲ ਨੂੰ ਜਦੋਂ ਸਾਡੇ ਨਾਲ ਵਿਚਾਰ ਹੋਣਗੇ ਤੇ ਫਿਰ ਇਸ ਸਟੇਟ ਦੇ ਮੱਦੇ ਨਜ਼ਰ ਆਪਾਂ ਕਰ। ਇਹਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਵੀ ਇਹ ਤਰਲੋਚਨ ਸਿੰਘ ਹੋਣੀ ਆ ਜਿਹੜੇ 1982 ਤੋਂ ਲੈ ਕੇ 1987 ਤੱਕ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਹੋਣਾ ਦੇ ਪ੍ਰੈਸ ਸੈਕਟਰੀ ਰਹੇ ਆ, ਹਾਂਜੀ, ਤੇ ਦਰਬਾਰ ਸਾਹਿਬ ਤੇ ਹਮਲੇ ਤੇ ਸਾਈਨ। ਇਹ ਮੁੱਦਾ ਕਾਫੀ ਲੰਬਾ ਹੋ ਜਾਣਾ, ਆਪਾਂ ਇੱਕ ਵਾਰੀ ਫਿਰ ਇਸ ਜਦੋਂ ਬਾਕੀ ਦੇ ਸਾਰੇ ਸਾਡੇ ਨਾਲ ਐਗਰੀ ਹੋ ਜਾਣਗੇ ਜੋਗਾ ਸਿੰਘ ਸਾਹਿਬ ਜਾਂ ਹੋਰ ਜਿਹੜੇ ਗਿੱਲ ਸਾਹਿਬ ਤੇ ਜਿਹੜੇ ਭਾਈ ਸਾਹਿਬ ਮਨਪ੍ਰੀਤ ਸਿੰਘ ਸਾਹਿਬ ਜਾਂ ਦਵਿੰਦਰ, ਫਿਰ ਆਪਾਂ ਇੱਕ ਵਾਰੀ ਜ਼ਰੂਰ ਬੈਠਾਂਗੇ ਇੱਕ ਵਾਰੀ। ਮੇਰੇ ਖਿਆਲ ਅੱਜ ਦੀ ਆਪਾਂ, ਕਿਉਂਕਿ ਸਮੇਂ ਦੀ ਹੱਦਬੰਦੀ ਹੈ, ਇੱਕ ਸਮਾਂ ਸਾਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੰਦਾ, ਪਰ ਫਿਰ ਇੱਕ ਵਾਰੀ ਆਪਾਂ ਦੱਸ ਦਈਏ ਕਿ ਅਕਾਲ ਚੱਲ ਜਾਂ ਮੈਂ ਆਪ ਜੀ ਦਾ ਦਾਸ, ਅਸੀਂ ਨਿਰਪੱਖ ਭਾਵਨਾ ਦੇ ਨਾਲ ਸਿਰਫ ਇਸ ਗੱਲ ਦੇ ਲਈ ਕਿ ਕਿਸੇ ਤਰੀਕੇ ਦੇ ਨਾਲ ਆਪਾਂ ਸਿੱਖਾਂ ਦਾ ਸਿੱਖੀ ਦਾ ਪੱਖ ਪੂਰ ਸਕੀਏ, ਉਸ ਮੱਦੇਨਜ਼ਰ ਆਪਾਂ ਇਸ ਗੱਲ ਨੂੰ ਅੱਜ ਕਰਨੀ ਚਾਹੀ ਸੀ। ਜੋਗਾ ਸਿੰਘ ਸਾਹਿਬ ਦਾ ਵੀ ਧੰਨਵਾਦ, ਮਨਪ੍ਰੀਤ ਸਿੰਘ ਦਾ ਵੀ ਧੰਨਵਾਦ ਅਤੇ ਅਮਰਜੀਤ ਸਿੰਘ ਸਾਹਿਬ ਤੁਹਾਡਾ ਵੀ ਧੰਨਵਾਦ। ਮਿਲਦੇ ਹਾਂ ਜੀ ਅਗਲੇ ਵਕਤ ਤੱਕ ਦੇ ਲਈ, ਖਿਮਾ ਬਖਸ਼ਣੀ ਜੀ, ਫਤਿਹ ਬੁਲਾਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।